हालात जंगल तो भैड़े ने, भारत अंदर तो किसी गल का रहा तरवास है नहीं। हालात जंगल तो भैड़े ने, भारत अंदर किसी गल का रहा तरवास है नहीं। राह जाते राही का कतल हो जाए तो कोई राही भी फटकदा पास है नहीं। पुलिस वाले भी कोलों दी लग जाते, रहा किसी ते खास विश्वास है नहीं। सवेरे कम ते जाता है घरों बंदा, तो मुड़ के आने की रखदा आस है नहीं, मुड़ के आने की रखदा आस है नहीं। भारत के हालातों बयान कर दिया इन्हां लाइनां दे नाल मैं हाजिर हाँ जी जगतार सिंह जग्गी। सब तो पहला जस पंजाबी देखने वाले ते पंजाबी मां बोली नूं प्यार करने वाले प्यारे प्यारे पंजाबियों नूं मेरे वल्लों हमेशा की तरह प्यार भरी सत श्री अकाल नमस्कार आदाब सलाम हैलो है ते नाल दी नाल बहुत बहुत निघा स्वागत अज दे इस लाइव शो दे विच। वीक दा आखिरी प्रोग्राम हुंदा जी, इस तों बाद वीकेंड शुरू हो जांदा। बहुत सारे दर्शकों का वैसे वीकेंड की गल करिए ਤਾਂ ਸਾਡੇ ਪੰਜਾਬੀਆਂ ਦਾ ਸ਼ਾਇਦ ਵੀਕਐਂਡ ਘੱਟ ਹੁੰਦਾ, ਪਰ ਬਹੁਤ ਸਾਰੇ ਲੋਕਾਂ ਦਾ ਵੀਕਐਂਡ ਹੁੰਦਾ ਅਤੇ ਕੁਝ ਇੱਕ ਲੋਕ ਕੰਮਾਂ ਕਾਰਾਂ 'ਚ ਬਿਜ਼ੀ ਹੁੰਦੇ ਆ ਅਤੇ 24 ਘੰਟੇ ਕੰਮ ਕਾਰ ਜਿਹੜਾ ਉਹ ਕਰਦੇ ਨੇ। ਅੱਜ ਦਾ ਪ੍ਰੋਗਰਾਮ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਪੂਰੀ ਸਮੂਹ ਸਿੱਖ ਜਗਤ ਸਮੂਹ ਪੰਜਾਬੀ ਪੂਰੀ ਦੁਨੀਆ 'ਚ ਬੈਠੇ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣੀ ਚਾਹੁੰਦਾ ਹੈ। ਕੱਲ੍ਹ 1 ਮਈ ਹੈ ਔਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਉਹਨਾਂ ਦਾ 400ਵਾਂ ਪ੍ਰਕਾਸ਼ ਦਿਹਾੜਾ ਕੱਲ੍ਹ ਨੂੰ ਹੈਗਾ, ਪ੍ਰਕਾਸ਼ ਪੁਰਬ ਹੈਗਾ। ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਮਨਾਏ ਜਾ ਰਹੇ ਨੇ ਪ੍ਰਕਾਸ਼ ਪੁਰਬ ਜਿਹੜੇ ਹੈਗੇ ਨੇ, ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਮਨਾਏ ਜਾ ਰਹੇ ਨੇ। ਸੋ ਤੁਹਾਡੇ ਵੀ ਤੁਸੀਂ ਕਿਤੇ ਵੀ ਗੁਰੂ ਤੇਗ ਬਹਾਦਰ ਜੀ ਦਾ ਜਾਂ ਕੋਈ ਵੀ ਪ੍ਰੋਗਰਾਮ ਕਰ ਰਹੇ ਹੋ, ਧਾਰਮਿਕ ਜਾਂ ਸੋਸ਼ਲ ਜਾਂ ਕਿਸੇ ਵੀ ਤਰ੍ਹਾਂ ਦੀ ਈਵੈਂਟ ਕਰ ਰਹੇ ਹੋ ਤਾਂ ਸਾਨੂੰ ਦੱਸੋ, ਅਸੀਂ ਉੱਥੇ ਪਹੁੰਚ ਕੇ ਜ਼ਰੂਰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਸਾਡੇ ਜਸ ਪੰਜਾਬੀ ਦੇ ਅਦਾਰੇ ਵੱਲੋਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ, ਬਹੁਤ ਬਹੁਤ ਸਭ ਦਾ ਧੰਨਵਾਦ ਕਰਦੇ। ਨਾਲ ਦੀ ਨਾਲ ਅਗਰ ਗੱਲ ਕਰੀਏ ਤਾਂ ਆਪਾਂ ਜਿਹੜੇ ਹੋਰ 1-2 ਗੱਲਾਂ ਖਬਰਾਂ ਕਰਕੇ ਤਾਂ ਫਿਰ ਅੱਜ ਫੇਸਬੁੱਕ ਡਾਕੀਏ ਨੂੰ ਕਾਫੀ ਦੇਰ ਬਾਅਦ ਮੌਕਾ ਦੇਣਾ ਹੈ। ਅੱਜ 30 ਅਪ੍ਰੈਲ ਦੀ ਗੱਲ ਕਰੀਏ ਤਾਂ ਅੱਜ ਸਾਡੇ ਜਿਹੜੇ ਮਹਾਨ ਜਰਨੈਲ ਹੋਏ ਨੇ ਸਰਦਾਰ ਹਰੀ ਸਿੰਘ ਨਲੂਆ ਜੀ, ਉਹਨਾਂ ਦਾ ਸ਼ਹੀਦੀ ਦਿਹਾੜਾ ਅੱਜ ਹੈਗਾ। ਸੋ ਉਹਦੀ ਵੀ ਅਸੀਂ ਗੱਲਬਾਤ ਕਰਨ ਦੀ ਨਾਲ ਨਾਲ ਕੋਸ਼ਿਸ਼ ਕਰਾਂਗੇ। ਉਸ ਤੋਂ ਬਾਅਦ ਅਗਰ ਗੱਲ ਕਰੀਏ, ਰਵੀ ਸਿੰਘ ਖਾਲਸਾ ਜੀ ਅੱਜ ਬੋਲ ਰਹੇ ਸੀ ਬਹੁਤ ਵਧੀਆ ਮੁੱਦਾ ਦੇ ਵਿੱਚ, ਤੁਸੀਂ ਦੇਖੇ ਹੋਣੇ ਸੁਣੇ ਹੋਣੇ ਆ, ਬੜਾ ਚੰਗਾ ਲੱਗਿਆ। ਔਰ ਇਹੋ ਜਿਹੀਆਂ ਸੋਸ਼ਲ ਸੰਸਥਾਵਾਂ ਜਿਹੜੀਆਂ ਉਹਨਾਂ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ। ਉਦੋਂ ਅਗਲੀ ਗੱਲ ਕਰੀਏ, ਭਾਰਤ ਦੇ ਵਿੱਚ ਇਹ ਹੁਣ ਸੱਚਾਈ ਆ ਜਾਂ ਝੂਠ ਹੈ, ਪਰ ਇਹ ਪੂਰੀ ਦੁਨੀਆ ਦੇ ਵਿੱਚ ਇੱਕ ਵਿਰੋਧ ਹੋ ਰਿਹਾ। ਤੁਸੀਂ ਮੀਡੀਆ ਸੋਸ਼ਲ ਮੀਡੀਆ ਦੇ ਜਾਂ ਖਬਰਾਂ ਦੇ ਵੀ ਦੇਖਦੇ ਹੋਣੇ ਆ ਕਿ ਬਹੁਤ ਸਾਰੇ ਲੋਕ ਬਹੁਤ ਸਾਰੇ ਮੁਲਕਾਂ ਦੇ ਵਿੱਚ, ਤਕਰੀਬਨ ਸਾਰੇ ਮੁਲਕਾਂ ਦੇ ਵਿੱਚ ਇੱਕ ਫੱਟੇ ਲੈ ਕੇ ਤੁਰੇ ਜਾ ਰਹੇ ਨੇ ਬਹੁਤ ਸਾਰੇ ਵਿਰੋਧ ਦੇ ਤੌਰ 'ਤੇ, ਕਿ 5G ਨੈਟਵਰਕ ਜਿਹੜਾ ਹੈਗਾ ਉਹਦਾ ਵਿਰੋਧ ਕਰਦੇ ਨਜ਼ਰ ਆਉਂਦੇ ਨੇ। ਔਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਅੱਜ ਕੱਲ੍ਹ ਆਕਸੀਜਨ ਦੀ ਘਾਟ ਜਿਹੜੀ ਹੈ, ਕਿਉਂਕਿ ਇਹ ਰੇਡੀਏਸ਼ਨ ਜਿਹੜੀ ਹੈਗੀ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ, ਉਹਦਾ ਕਰਕੇ ਆਕਸੀਜਨ ਦੀ ਘਾਟ ਹੋ ਰਹੀ ਹੈ। ਸੋ 5G ਕਿਹਦਾ ਹੈਗਾ, ਕੀ ਸਰਕਾਰਾਂ ਦਾ ਇਹਦੇ ਪਿੱਛੇ ਹੱਥ ਹੈਗਾ, ਕਿਹੜੀਆਂ ਕਿਹੜੀਆਂ ਵੱਡੀਆਂ ਕੰਪਨੀਆਂ ਇਹਦੇ ਨਾਲ ਜੁੜੀਆਂ ਹੋਈਆਂ ਨੇ, ਆਪਾਂ ਨੂੰ ਸਾਰਿਆਂ ਨੂੰ ਪਤਾ। ਸੋ ਇਹ 5G ਦਾ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ, ਇਹ ਵੀ ਇੱਕ ਸੋਚਣ ਵਾਲੀ ਗੱਲ ਹੈ। ਜਿੱਥੇ ਕਰੋਨਾ ਦੀ ਗੱਲ ਕਰੀ ਦੀ ਆ, ਕਰੋਨਾ ਦੀ ਵੀ ਗੱਲ ਕਰ ਲਈਏ ਤਾਂ ਕਾਫੀ ਸਾਨੂੰ ਇੱਕ ਹੁਣ ਕੱਲ੍ਹ ਮੈਸੇਜ ਆਇਆ, ਕਹਿੰਦੇ ਵੀ ਤੁਸੀਂ ਕਰੋਨਾ ਦੀ ਗੱਲ ਕਰਦੇ ਹੋ ਅਤੇ ਨਾਲ ਦੀ ਨਾਲ ਇਹ ਭਾਰਤ ਦੇ ਲੋਕਾਂ ਨੂੰ, ਖਾਸ ਤੌਰ 'ਤੇ ਪੰਜਾਬ ਦੇ ਲੋਕਾਂ ਤੱਕ ਤੁਹਾਡੀ ਆਵਾਜ਼ ਪਹੁੰਚਦੀ ਆ, ਤਾਂ ਤੁਸੀਂ ਉਹਨਾਂ ਨੂੰ ਮਾਸਕ ਪਾਉਣ ਦਾ ਤਰੀਕਾ ਜ਼ਰੂਰ ਦੱਸੋ। ਵਾਕਿਆ ਅਸੀਂ ਦੇਖਿਆ ਬਹੁਤ ਜਗ੍ਹਾ, ਅਸੀਂ ਚਾਹੇ ਭਾਰਤ ਦੀ ਗੱਲ ਕਰ ਲਈਏ ਚਾਹੇ ਇੱਧਰ ਦੀ ਗੱਲ ਕਰ ਲਈਏ, ਕਰੋਨਾ ਫੈਲਣ ਦਾ ਕਾਰਨ ਇੱਕ ਇਹ ਵੀ ਹੈਗਾ ਜੇ ਤੂੰ ਅਵੇਅਰ ਹੋਣ ਦੀ ਲੋੜ ਹੈ। ਮੰਨ ਲਓ ਕਿਸੇ ਦੇ ਅਸੀਂ ਘਰੇ ਗਏ ਹਾਂ, 4-5 ਜੀ ਉਹ ਨੇ ਤਾਂ 4-5 ਸੁੱਖ ਨਾਲ ਆਪਾਂ ਹੋ ਗਏ, 2 ਪਰਿਵਾਰ ਇਕੱਠੇ ਹੋਏ ਹਾਂ, 8-10 ਜੀ 12 ਹੈਗੇ ਨੇ, ਅਤੇ ਮਾਸਕ ਪਾਇਆ ਹੋਇਆ, ਚਾਹੇ ਬਾਹਰੋਂ ਆਉਣ ਵਾਲੇ ਨੂੰ ਚਾਹੇ ਕਿਸੇ ਘਰ ਵਾਲੇ ਨੂੰ ਪ੍ਰੋਬਲਮ ਹੋ ਸਕਦੀ ਹੈ। ਮਾਸਕ ਲਾ ਕੇ ਜਿਹੜਾ ਉਹ ਰੱਖਣਾ ਸੀ ਟੇਬਲ ਦੇ ਆਣ ਵਿਚਾਲੇ ਰੱਖਣਾ, ਜਿਹੜੇ ਸੋਫੇ 'ਤੇ ਬੈਠੇ ਆ ਜਿੱਥੇ ਚਾਹ ਰੱਖਣੀ ਬਾਅਦ ਦੇ ਵਿੱਚ ਕਰਦਿਆਂ ਨੇ, ਉੱਥੇ ਵਿਚਾਲੇ ਰੱਖਣਾ ਟੇਬਲ, ਗੱਲਾਂ ਗੁੱਲਾਂ ਕਰੀ ਜਾਣੀਆਂ, ਅਤੇ ਰੱਬ ਨਾ ਕਰੇ ਖੁਦਾ ਨਾ ਖਾਸਤਾ ਜੇ ਕੋਈ ਬੰਦਾ ਉਹਦੇ 'ਚੋਂ ਇਨਫੈਕਟਡ ਹੋਇਆ ਅਤੇ ਭਾਈ ਸਾਹਿਬ ਸਾਰਾ ਮਾਲ ਤਾਂ ਉਹਦੇ 'ਚ ਹੀ ਹੈ ਨਾ ਕਰੋਨਾ ਵਾਲਾ, ਮਾਸਕ ਦੇ ਵਿੱਚ ਹੀ ਹੋਊਗਾ ਨਾ ਜੇ ਅੰਦਰ ਕਰੋਨਾ ਹੈਗਾ ਤਾਂ। ਇਹ ਚੀਜ਼ ਅਸੀਂ ਕਦੇ ਨਹੀਂ ਸੋਚਦੇ, ਉਹਨੂੰ ਸਾਂਭਣ ਦੀ ਲੋੜ ਹੈ। ਦੂਜਾ ਅਕਸਰ ਮੈਂ ਦੇਖਿਆ, ਲੀਡਰਾਂ ਦਾ ਵੀ ਦੇਖਿਆ ਅਤੇ ਲੋਕਾਂ ਦਾ ਵੀ ਦੇਖਿਆ, ਜਦੋਂ ਹੁਣ ਆਹ ਖਬਰਾਂ ਖੁਬਰਾਂ ਹੀ ਦੇਖਦੇ ਹਾਂ ਜਾਂ ਬਾਹਰ ਤੁਰੇ ਫਿਰਦੇ ਵੀ ਦੇਖਦੇ ਹਾਂ, ਅਤੇ ਮਾਸਕ ਪਾਇਆ ਹੁੰਦਾ ਆਪਦੇ ਵੱਲੋਂ ਤਾਂ ਇੱਥੇ ਨੱਕ ਨੰਗਾ ਰੱਖਿਆ ਹੁੰਦਾ ਆ ਬੁੱਲਾਂ 'ਤੇ ਮਾਸਕ, ਇਹ ਵੀ ਕਹਿੰਦੇ ਵੀ ਸਹੀ ਨਹੀਂ ਹੈਗਾ ਮਾਸਕ, ਔਰ ਮਾਸਕ ਉੱਪਰ ਤੱਕ ਪਾਉਣਾ ਚਾਹੀਦਾ ਨੱਕ ਤੋਂ ਉੱਪਰ। ਸੋ ਬੇਨਤੀ ਇਹੀ ਆ ਵੀ ਭਾਈ ਮਾਸਕ ਇੱਕ ਤਾਂ ਜਿਹਨੂੰ ਮਾੜਾ ਮੋਟਾ ਵੀ ਲੱਗਦਾ ਤਾਂ ਉਹ ਮਾਸਕ ਚੇਂਜ ਕਰੋ, ਕੋਈ ਬਾਹਲਾ ਮਹਿੰਗਾ ਨਹੀਂ ਹੈਗਾ। ਹੁਣ ਪਤਾ ਨਹੀਂ ਕਿੰਨੇ ਕਰੋੜ ਤਾਂ ਇੱਥੋਂ ਭੇਜ 'ਤੇ, 1.5 ਕਰੋੜ ਤਾਂ ਇੱਥੋਂ ਅਮੈਰੀਕਾ ਤੋਂ ਮਾਸਕ ਹੁਣ ਇੰਡੀਆ ਦੇ ਵਿੱਚ ਗਿਆ,
ਅਤੇ ਹੋਰ ਆਕਸੀਜਨ ਵੀ ਗਈ ਹੈ ਸਭ ਤੋਂ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਮੁਲਕਾਂ ਦਾ ਜਿਹਨਾਂ ਕੋਲੋਂ ਵੀ ਜਿਹਨਾਂ ਹਰ ਇੱਕ ਨੇ ਕੀਤੀ ਹੈ ਹੈਲਪ ਜੀ ਇਸ ਸਮੇਂ। ਸੋ ਨਾਲ ਦੀ ਨਾਲ ਮਾਸਕ ਦੀ ਗੱਲ ਕੀਤੀ ਹੈ ਅਤੇ ਇੱਕ ਮੈਂ ਹੁਣ ਅੱਜ ਖਬਰ ਅਪਡੇਟ ਪੜ੍ਹ ਰਿਹਾ ਸੀਗਾ ਜੋ ਬਾਈਡਨ ਸਾਹਿਬ ਦੀ ਪ੍ਰੈਜ਼ੀਡੈਂਟ ਸਾਹਿਬ ਜਿਹੜੇ ਆਪਣੇ ਹੈਗੇ ਨੇ, ਪਰ ਮੈਂ ਇਹ ਕਹਿੰਦਾ ਨਹੀਂ, ਮੈਂ ਇਹਦੇ ਹੱਕ 'ਚ ਨਹੀਂ ਹੈ ਫਿਲਹਾਲ, ਕੱਲ੍ਹ ਨੂੰ ਹੋ ਜਾਈਏ ਤਾਂ ਵੱਖਰੀ ਗੱਲ ਆ। ਉਹ ਕਹਿੰਦੇ ਵੀ ਜਿਹਨਾਂ ਦੇ ਦੋ ਟੀਕੇ ਲੱਗ ਗਏ ਉਹਨਾਂ ਨੂੰ ਮਾਸਕ ਪਾਉਣ ਦੀ ਬਾਹਲੀ ਜ਼ਰੂਰਤ ਹੈ ਨਹੀਂ, ਜਦੋਂ ਭੀੜ ਦੇ ਵਿੱਚ ਜਾਂਦੇ ਹੋ ਤਾਂ ਉਦੋਂ ਸਿਰਫ ਮਾਸਕ ਪਾ ਲਓ, ਬਾਕੀ ਮਾਸਕ ਪਾਉਣ ਦੀ ਬਾਹਲੀ ਲੋੜ ਹੈ ਨਹੀਂ। ਸੋ ਇਹ ਵੀ ਇੱਕ ਪਤਾ ਨਹੀਂ ਇਹਦੇ ਪਿੱਛੇ ਪਾਉਣਾ ਚਾਹੀਦਾ ਕਿ ਨਹੀਂ ਪਾਉਣਾ ਚਾਹੀਦਾ। ਵੈਸੇ ਕਿਹਾ ਇਹ ਜਾਂਦਾ ਕਿ ਮਾਸਕ ਸਾਨੂੰ ਹਜੇ ਫਿਲਹਾਲ ਪਾਉਣਾ ਚਾਹੀਦਾ, ਅਤੇ ਘਰ ਦੇ ਵਿੱਚ ਜਿਹਨੂੰ ਮਾੜੀ ਮੋਟੀ ਪਾਉਣੀ ਚਾਹੀਦੀ ਉਹਨੂੰ ਤਿੰਨ ਮਾਸਕ ਪਾਉਣੇ ਚਾਹੀਦੇ, ਤੇਰਾ ਮਾਸਕ ਅਤੇ ਸਭ ਤੋਂ ਭੇਟਾਂ ਜਿਹੜਾ ਉਹਨੂੰ ਸੁੱਟ ਦੇਣਾ ਚਾਹੀਦਾ ਕਿਸੇ ਨੂੰ ਹੱਥ ਮਿਲਾਉਣ ਤੋਂ ਪਹਿਲਾਂ। ਇਹ ਸਾਰੀਆਂ ਗੱਲਾਂ ਖੈਰ ਆਪਾਂ ਨੂੰ ਦੱਸਦੇ ਰਹਿੰਦੇ ਨੇ, ਮਾਹਰ ਵੀ ਦੱਸਦੇ ਰਹਿੰਦੇ ਨੇ, ਪਰ ਇਹ ਚੀਜ਼ ਮੈਨੂੰ ਜ਼ਰੂਰ ਕਲੀਅਰ ਕਰਿਓ ਸਾਡੇ ਦਰਸ਼ਕ, ਜਿਹੜੀ ਗੱਲ ਇਹ ਬਾਈਡਨ ਸਾਹਿਬ ਦਾ ਅੱਜ ਬਿਆਨ ਆ ਕਿ ਮਾਸਕ ਉਹਨੂੰ ਪਾਉਣ ਦੀ ਬਾਹਲੀ ਜ਼ਰੂਰਤ ਨਹੀਂ ਹੈਗੀ, ਭੀੜ 'ਚ ਜਾਂਦੇ ਹੋ ਤਾਂ ਮਾਸਕ ਪਾ ਲਓ। ਵਾਕਈ ਇਹ ਗੱਲ ਸਹੀ ਹੈ, ਤੁਹਾਡੀ ਕਿਸੇ ਨਾਲ ਗੱਲ ਹੋਈ ਹੋਵੇ, ਕਿਸੇ ਆਪਣੇ ਜਾਣ ਪਛਾਣ ਨਾਲ ਕਿਸੇ ਡਾਕਟਰ ਨਾਲ ਗੱਲ ਹੋਈ ਹੋਵੇ ਤਾਂ ਜ਼ਰੂਰ ਤੁਸੀਂ ਇਹ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਅਤੇ ਇੱਕ ਹੋਰ, ਸਾਨੂੰ ਇੱਕ ਕਰੋਨਾ ਦੇ ਪੋਜ਼ੀਟਿਵ ਮਰੀਜ਼ ਦਾ ਉਹਦਾ ਵੀ ਫੋਨ ਆਇਆ ਸਾਨੂੰ, ਇੰਡੀਆ ਤੋਂ ਗੱਲ ਹੋਈ, ਪੁੱਛਿਆ ਹਾਲ ਚਾਲ, ਅਤੇ ਉਹ ਵੀ ਕਹਿੰਦਾ ਵੀ ਇੱਕ ਬੇਨਤੀ ਜ਼ਰੂਰ ਕਰੋ ਜੀ ਸਾਰਿਆਂ ਨੂੰ ਵੀ ਭਾਈ, ਜਦੋਂ ਕਿਸੇ ਕਰੋਨਾ ਦੇ ਮਰੀਜ਼ ਦਾ ਹਾਲ ਪੁੱਛਦੇ ਹੋ ਤਾਂ ਉੱਥੇ ਡਾਕਟਰ ਨਾ ਬਣ ਜਾਇਆ ਕਰੋ। ਸਾਡੀ ਕੀ ਆਦਤ ਆ ਪੰਜਾਬੀਆਂ ਦੀ, ਪਿੰਡਾਂ ਦੀ ਗੱਲ ਅਸੀਂ ਸ਼ੁਰੂ ਤੋਂ ਕਰ ਲਈਏ, ਹੁਣ ਦੀ ਗੱਲ ਨਾ ਵੀ ਕਰੀਏ ਅਤੇ ਪਿੰਡਾਂ ਦੀ ਗੱਲ ਜੇ ਸ਼ੁਰੂ ਤੋਂ ਕਰ ਲਈਏ, ਅਤੇ ਜੇ ਪਿੰਡ 'ਚ ਕਿਸੇ ਦਾ ਸਕੂਟਰ ਖਰਾਬ ਹੋ ਗਿਆ ਤਾਂ ਸਾਰੇ ਮਕੈਨਿਕ ਬਣ ਜਾਂਦੇ, ਕੋਲ ਦੀ ਹਰੇਕ ਲੰਘਦਾ ਉਹ ਟੇਢਾ ਕਰਕੇ ਦੇਖ ਲਓ, ਉਹ ਪਲੱਗ ਸਾਫ਼ ਕਰ ਲਾ, ਕੋਈ ਮੇਰਾ ਵਰਗਾ ਇਹ ਵੀ ਕਹਿੰਦਾ ਹਵਾ ਚੈੱਕ ਕਰ ਲਓ, ਦੇਖੀ ਤਾਂ ਇਹ ਨਹੀਂ ਸਟਾਰਟ ਹੁੰਦਾ ਕਦੇ, ਮਤਲਬ ਅੱਧਾ ਪਿੰਡ ਮਕੈਨਿਕ ਬਣ ਜਾਂਦਾ, ਜੇ ਕੋਈ ਪਿੰਡ ਦੇ 'ਚ ਬਿਮਾਰ ਹੋਵੇ ਬੰਦਾ ਤਾਂ ਅੱਧਾ ਪਿੰਡ ਡਾਕਟਰ ਬਣ ਜਾਂਦਾ, ਇਹਨੂੰ ਸੌਂਫ ਦੇ ਕੇ ਦੇਖੋ, ਇਹਨੂੰ ਫਲਾਨੀ ਚੀਜ਼ ਦੇ ਕੇ ਦੇਖੋ। ਸੋ ਉਹ ਕਹਿੰਦੇ ਵੀ ਇਹ ਬੇਨਤੀ ਕਰੋ ਵੀ ਜੇ ਕਰੋਨਾ ਵਾਲੇ ਮਰੀਜ਼ ਦਾ ਪਤਾ ਲੈਂਦੇ ਹੋ ਕਿਸੇ ਦਾ ਫੋਨ 'ਤੇ ਜਾਂ ਘਰ ਜਾ ਕੇ, ਕਿਰਪਾ ਕਰਕੇ ਉੱਥੇ ਡਾਕਟਰ ਨਾ ਬਣੋ, ਡਾਕਟਰ ਆਪਣਾ ਕੰਮ ਕਰ ਰਹੇ ਨੇ, ਤੁਹਾਡੀ ਸਲਾਹ ਸਹੀ ਹੋ ਸਕਦੀ। ਕਈ ਅੱਛਾ ਇਹ ਵੀ ਕਹਿੰਦੇ ਨੇ ਤੂੰ ਐਂ ਕਰ ਆਹ ਓੜ ਪੋੜ ਜਿਹਾ ਕਰ ਲਾ, ਅਤੇ ਜਿਵੇਂ ਪੰਜਾਬ ਦੇ ਬਾਬੇ ਵੀ ਆਪਾਂ ਅਕਸਰ ਦੇਖੇ ਨੇ, ਕੋਈ ਮਰੀਜ਼ ਜੋ ਬਿਮਾਰ ਉਹ ਕੋਲ ਚਲ ਗਿਆ ਤਾਂ ਉਹਨੇ ਕਹਿਣਾ ਵੀ ਤੂੰ ਐਂ ਕਰ ਨਾਲ ਤੇ ਆ ਮੇਰੇ ਵਾਲੀਆਂ ਕਰੀ ਜਾਣੀਆਂ ਅਤੇ ਡਾਕਟਰ ਦੀ ਦਵਾਈ ਵੀ ਨਾਲ ਖਾਈ ਚੱਲ। ਅੱਛਾ ਡਾਕਟਰ ਓਪਰੇਸ਼ਨ ਕਰ ਦੂੰ, ਕਹਿੰਦਾ ਉਹ ਵੀ ਕਰਾ ਲਓ, ਪਰ ਠੀਕ ਤੂੰ ਮੇਰੇ ਵਾਲੇ ਉਹ ਆ ਨਾ ਹੋਣਾ ਜਿਹੜੇ ਮੈਂ ਤੈਨੂੰ ਆਹ ਦੇਣਾ ਤਾਂ ਗੱਤ ਵੀ ਦੇਣਾ, ਠੀਕ ਤੂੰ ਉਹਨਾਂ ਹੀ ਹੋਣਾ। ਅਤੇ ਹੁਣ ਵੀ ਇਹ ਲੋਕ ਕਰੋਨਾ ਵਾਲਿਆਂ ਨੂੰ ਵੀ ਬਹੁਤ ਸਾਰੇ ਲੋਕ ਕਹਿੰਦੇ ਸੁਣੇ ਵੀ ਡਾਕਟਰ ਵੀ ਜਿਹੜੇ ਡਾਕਟਰ ਨੇ ਕਿਹਾ ਉਹ ਵੀ ਲਈ ਚੱਲ, ਲੈ ਤੂੰ ਮੇਰੀ ਮਨ ਆ ਤੂੰ ਤਿੰਨ ਟਾਈਮ ਆਹ ਚੀਜ਼ ਲੈ ਲਵੇ, ਕਰੋਨਾ ਤੇਰੇ ਨੇੜੇ ਨਹੀਂ ਰਹਿਣਾ। ਬਾਅਦ 'ਚ ਪਤਾ ਲੱਗਦਾ ਤੀਏ ਦਿਨ ਉਹ ਆਪ ਕਰੋਨਾ ਪੀੜਿਤ ਹੋਇਆ ਹੁੰਦਾ ਬੰਦਾ ਸਲਾਹ ਦੇਣ ਵਾਲਾ। ਸੋ ਪਤਾ ਲੈਂਦੇ ਜਦੋਂ ਵੀ ਸਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਭਾਈ ਹਿਸਾਬ ਦੇ ਨਾਲ ਪਤਾ ਲਈਏ, ਅਗਲੇ ਦਾ ਦਿਲ ਨਾ ਦੁਖੇ, ਇਹ ਨਾ ਹੋਵੇ ਪਤਾ ਲੈਂਦੇ ਲੈਂਦੇ ਅਸੀਂ ਨੂੰ ਹੋਰ ਬਿਮਾਰ ਕਰ ਦਈਏ। ਆਮ ਤੌਰ 'ਤੇ ਹੁੰਦਾ ਤਾਂ ਇਹੀ ਆ, ਅੱਛਾ ਹੋ ਗਿਆ ਕਰੋਨਾ ਭਾਈ, ਲਓ ਜੀ ਚਲੋ ਮਹਾਰਾਜ ਭਲੀ ਕਰੇ, ਵੈਸੇ ਔਖਾ ਹੀ ਆ ਕੰਮ, ਬਾਈਦਾ ਬੁਝਦਾ ਨਹੀਂ ਬੰਦਾ, ਲੈ ਦੱਸ ਇਹੋ ਜਿਹੀ ਗੱਲ ਕਰਕੇ ਨਹੀਂ। ਕਰੋਨਾ ਦੇ ਮਰੀਜ਼ਾਂ ਨੂੰ ਕਦੇ ਵੀ ਅੰਕੜੇ ਜਿਹੜੇ ਹੈਗੇ ਨੇ ਆਹ ਉਹਨੂੰ ਕਦੇ ਨਾ ਦੱਸੋ ਬੰਦੇ ਪਏ ਨੂੰ, ਕਦੇ ਨਹੀਂ ਦੱਸਣਾ ਚਾਹੀਦਾ ਵੀ ਆਹ ਇੱਥੇ ਇੰਨੇ ਹੋ ਗਏ, ਇੱਥੇ ਇੰਨੇ ਹੋ ਗਏ, ਇੱਥੇ ਇੰਨੇ ਹੋ ਗਏ। ਚਲੋ ਖੈਰ ਗੱਲਾਂ ਬਾਤ, ਥੋੜ੍ਹਾ ਮਾਹੌਲ ਨੂੰ ਚੇਂਜ ਕਰੀਏ, ਔਰ ਮੇਰੇ ਖਿਆਲ ਅਗਲੇ ਸੈਗਮੈਂਟ ਦੇ ਵਿੱਚ ਵੀ ਥੋੜ੍ਹਾ ਜਿਹਾ ਮਾਹੌਲ ਠੀਕ ਰਹੇਗਾ, ਥੋੜ੍ਹੀ ਇਨਫੋਰਮੇਸ਼ਨ ਰਹੇਗੀ, ਥੋੜ੍ਹੀ ਜਿਹੀ ਇਤਿਹਾਸ ਦੀ ਗੱਲ ਕਰਾਂਗੇ। ਇਸ ਸੈਗਮੈਂਟ ਦੇ ਵਿੱਚ ਥੋੜ੍ਹਾ ਜਿਹਾ ਮਾਹੌਲ ਨੂੰ ਆਪਾਂ ਹਲਕਾ ਜਿਹਾ ਕਰ ਲਈਏ। ਫੇਸਬੁੱਕ ਡਾਕੀਆ ਸਾਹਿਬ ਅੱਜ ਲੈ ਕੇ ਆਏ ਨੇ ਵੀਡੀਓ ਫੋਟੋ, ਤੁਸੀਂ ਭੇਜੀਆਂ ਨੇ ਜਿਹੜੀਆਂ ਕਾਫੀ ਸਾਰੀਆਂ, ਉਹਨਾਂ ਦੀ ਗੱਲ ਕਰਦੇ ਹਾਂ। ਪੰਜਾਬ ਦੀ ਗੱਲ ਕਰ ਲਈਏ ਜੇ, ਭਾਰਤ ਦੀ ਗੱਲ ਕਰ ਲਈਏ, ਅਕਸਰ ਅਸੀਂ ਪੁਲਿਸ ਵਾਲਿਆਂ ਦਾ ਕਸੂਰ ਕੱਢਦੇ ਹਾਂ ਕਿਸੇ ਵੀ ਕੰਮ ਦੇ ਵਿੱਚ, ਪਰ ਜ਼ਰੂਰੀ ਨਹੀਂ ਕਿ ਪੁਲਿਸ ਵਾਲਿਆਂ ਦਾ ਕਸੂਰ ਹੋਵੇ, ਸਾਡਾ ਵੀ ਕਸੂਰ ਹੋ ਸਕਦਾ ਹੈ। ਆਹ ਜਿਹੜੀ ਫੋਟੋ ਪਹਿਲੀ ਹੈ, ਬਾਹਲੀ ਖਤਰਨਾਕ ਫੋਟੋ ਹੈ, ਪੁਲਿਸ ਵਾਲਾ ਵਿਚਾਰਾ ਹੱਥ ਜੋੜ ਕੇ ਖੜ੍ਹਾ ਵੀ ਭਾਈ ਮਾਫ਼ ਹੀ ਕਰ ਦਿਓ। ਦੇਖੋ ਤਾਂ ਜੀ ਫੋਟੋ, ਇਹ ਜੀ ਫੋਟੋ ਦੇ ਵਿੱਚ ਤੁਸੀਂ ਦੇਖੋਗੇ ਤਾਂ ਫੋਟੋ ਦੇ ਵਿੱਚ ਇੱਕ ਮੋਟਰਸਾਈਕਲ ਦੇ ਉੱਪਰ ਸਵਾਰੀਆਂ ਗਿਣਨੀਆਂ, ਹੁਣ ਤਾਂ ਕਿੰਨੀਆਂ ਹੀ ਗਿਣਨੀਆਂ ਪੈਂਦੀਆਂ, 5-6-7 ਸਵਾਰੀਆਂ ਹੋਣੀਆਂ, ਅਤੇ ਪੁਲਿਸ ਵਾਲਾ ਅੱਗੇ ਹੱਥ ਜੋੜ ਕੇ ਖੜ੍ਹਾ, ਇਉਂ ਲੱਗਦਾ ਵੀ ਉਹਨਾਂ ਨੂੰ ਕਹਿ ਰਿਹਾ ਹੋਵੇ ਭਾਈ ਸਾਹਿਬ ਅੱਧੇ ਇੱਕ ਨਿਆਣੇ ਘਰ ਛੱਡ ਆਉਂਦੇ, ਅਤੇ ਅੱਗਿਓਂ ਪਿੱਛੋਂ ਜਿਹੜੇ ਪਿੱਛੇ ਬੈਠੇ ਨੇ ਭਾਬੀ ਜੀ ਜਾਂ ਭੈਣ ਜੀ ਉਹ ਜਵਾਬ ਦਿੰਦੇ ਹੋਣਗੇ ਵੀ ਭਾਈ ਅੱਧੇ ਹੀ ਆ ਇਹ, ਅੱਧੇ ਘਰ ਹੀ ਨੇ। ਅਤੇ ਪੁਲਿਸ ਵਾਲਾ ਇਉਂ ਕਹਿੰਦਾ ਲੱਗ ਰਿਹਾ ਵੀ ਭਾਈ ਚਲੋ ਪਰਿਵਾਰ 'ਤੇ ਰਹਿਮ ਨਹੀਂ ਕੀਤਾ, ਘੱਟੋ ਘੱਟ ਮੋਟਰਸਾਈਕਲ 'ਤੇ ਰਹਿਮ ਕਰੋ। ਸੋ ਇਹ ਫੋਟੋ ਵਧੀਆ ਲੱਗੀ ਮੈਨੂੰ, ਇੱਕ ਵੱਖਰਾ ਰੰਗ ਸੀਗਾ, ਪਰ ਚਲਾਨ ਬਣਦਾ। ਇਹ ਵੀ ਹੋ ਸਕਦਾ ਇਹ ਫੋਟੋ ਜਦੋਂ ਡਬਲ ਸਵਾਰੀ ਬੈਨ ਹੋਵੇ ਉਦੋਂ ਦੀ ਹੋਵੇ ਕਦੇ, ਇਹ ਵੀ ਕੋਈ ਪਤਾ ਨਹੀਂ, ਭਾਰਤ ਦਾ ਸਭ ਜਾਇਜ਼ ਆ। ਅਗਲੀ ਫੋਟੋ ਜਿਹੜੀ ਹੈ ਜੀ ਉਹਦੇ ਵੱਲ ਚੱਲਦੇ ਹਾਂ, ਤਾਂ ਅਗਲੀ ਫੋਟੋ ਦੇ ਵਿੱਚ ਪੁਲਿਸ ਦੀ, ਉਹ ਵੀ ਫੋਟੋ ਪੁਲਿਸ ਦੀ ਹੈਗੀ ਹੈ, ਪਰ ਉਹਦੇ 'ਚ ਇਹ ਹੈ ਕਿ ਸਮੇਂ ਦੀ ਗੱਲ ਹੈ, ਜਿੱਥੇ ਕਹਿੰਦੇ ਕਦੀ ਚੁਬਾਰੇ ਹੁੰਦੇ ਸੀ ਤਾਂ ਉੱਥੇ ਮੁੜ ਕੇ ਪੱਧਰਾ ਰਾਹ ਹੋ ਜਾਂਦਾ, ਅਤੇ ਪੁਲਿਸ ਵਾਲਿਆਂ ਦੀ ਗੱਲ ਕਰੀਏ ਜਿੱਥੇ ਕਦੇ ਪਿਸਤੌਲ ਹੁੰਦੇ ਸੀ ਤਾਂ ਉੱਥੇ ਦੇਖੋ ਫੋਟੋ ਦੇ ਵਿੱਚ ਅੱਜ ਕੱਲ੍ਹ ਕੀ ਹੈ।
ਭਾਜੀ ਅੱਜ ਕੱਲ੍ਹ ਉਸ ਫੋਟੋ ਦੇ ਵਿੱਚ ਜਿਹੜੀ ਪਿਸਤੌਲ ਵਾਲੀ ਜਗ੍ਹਾ ਹੈਗੀ ਆ ਉੱਥੇ ਸੈਨੇਟਾਈਜ਼ਰ ਪਿਆ ਔਰ ਪੁਲਿਸ ਵਾਲੇ ਨੂੰ ਪਤਾ ਵੀ ਪਿਸਤੌਲ ਬਿਨਾਂ ਸਰ ਜੂਗਾ ਅਤੇ ਸੈਨੇਟਾਈਜ਼ਰ ਬਿਨਾਂ ਨਹੀਂ ਸਰਨਾ ਪਿਸਤੌਲ ਤਾਂ ਚਲੋ ਪਾਸੇ ਪੁੱਸੇ ਪਿਆ ਰਹੂਗਾ ਅਤੇ ਸੈਨੇਟਾਈਜ਼ਰ 'ਚ ਪਾਸੇ ਰੱਖ ਤਾਂ ਫਿਰ ਤਾਂ ਕੰਮ ਖਰਾਬ ਹੋ ਜਾਣਾ ਸੋ ਇਹ ਵੀ ਫੋਟੋ ਬੜੀ ਮੌਕੇ ਦੀ ਜਿਹਨੇ ਖਿੱਚੀ ਹੈਗੀ ਆ ਕਮਾਲ ਦੀ ਫੋਟੋ ਉਹ ਖਿੱਚੀ ਹੈ ਅਗਲੀ ਗੱਲ ਕਰੀਏ ਜੇ ਤਾਂ ਮੋਦੀ ਸਾਹਿਬ ਨੇ ਪਿੱਛੇ ਜੇ ਬੜੀਆਂ ਥਾਲੀਆਂ ਖੜਕਵਾਈਆਂ ਸੀ ਲੋਕਾਂ ਕੋਲੋਂ ਅਤੇ ਬਹੁਤ ਸਾਰੇ ਮੇਰੇ ਅੱਗੇ ਪਿੱਛੇ ਰਹਿ ਗਏ ਯਾਰ ਅਸੀਂ ਖੜਕਾਈਆਂ ਹੀ ਨਹੀਂ ਔਰ ਕਿਸੇ ਨੂੰ ਨਹੀਂ ਮਤਲਬ ਪਤਾ ਲੱਗਾ ਵੀ ਥਾਲੀਆਂ ਖੜਕਾਈਆਂ ਕਿਉਂ ਮੋਦੀ ਸਾਹਿਬ ਦਾ ਆਪਣਾ ਲੌਜਿਕ ਇਹਦੇ ਪਿੱਛੇ ਹੋ ਸਕਦਾ ਕਰੋਨਾ ਨੇ ਤਾਂ ਖੈਰ ਕੀ ਭੱਜਣਾ ਸੀ ਕਰੋਨਾ ਤਾਂ ਹੁਣ ਜੇ ਥਾਲੀਆਂ ਭਜਾਉਣ ਨਾਲ ਜਿਹੜਾ ਉਹਨਾਂ ਨੇ ਮੋਦੀ ਸਾਹਿਬ ਨੇ ਸ਼ਾਇਦ ਇਹ ਸੋਚਿਆ ਵੀ ਇਹ ਕਰੋਨਾ ਨਹੀਂ ਹੈ ਇਹ ਟਿੱਡੀ ਦਲ ਹੈ ਟਿੱਡੀ ਦਲ ਜਿਹੜਾ ਉਹਦਾ ਜਦੋਂ ਉਹਨੂੰ ਪੀਪੇ ਖੜਕਾਓ ਤਾਂ ਭੱਜ ਜਾਂਦਾ ਹੈ ਇਹ ਕਰੋਨਾ ਜੀ ਨੇ ਇਹ ਇੱਦਾਂ ਨਹੀਂ ਭੱਜਣੇ ਅਤੇ ਉਦੋਂ ਥਾਲੀਆਂ ਭਜਵਾਈਆਂ ਸੀ ਅਤੇ ਉਦੋਂ ਭਾਈ ਸਾਹਿਬ ਨੇ ਇੱਕ ਨੇ ਉਦੋਂ ਥਾਲੀ ਬਾਅਦ ਦੇ ਵਿੱਚ ਖਰੀਦੀ ਵੀ ਹੋਣੀ ਜਦੋਂ ਮੋਦੀ ਸਾਹਿਬ ਕਰਨ ਕਹਿਣਗੇ ਅਤੇ ਥਾਲੀ ਫਿਰ ਮੈਂ ਵਜਾਊਂਗਾ ਫੋਟੋ ਦੇਖੋ ਥਾਲੀ ਉਹਨੇ ਖਰੀਦ ਲਈ ਆ ਅਤੇ ਹੁਣ ਚੁੱਪ ਜਾ ਬੈਠੇ ਨੇ ਸੁਸਤ ਉਦਾਸ ਅਤੇ ਨਾਲ ਕੈਪਸ਼ਨ ਇਹ ਲਿਖਿਆ ਵੀ ਅਬ ਇਸਕੋ ਕਬ ਬਜਾਣਾ ਹੈ ਵੀ ਮੋਦੀ ਸਾਹਿਬ ਦੱਸੋ ਮੈਂ ਥਾਲੀ ਖਰੀਦ ਲਈ ਹੈ ਅਤੇ ਹੁਣ ਮੈਂ ਖਰਚਾ ਵੀ ਕਰ ਦਿੱਤਾ ਹੁਣ ਇਹ ਨਾ ਹੋਵੇ ਤੁਸੀਂ ਮੁੱਕਰ ਜਾਓ ਔਰ ਮੋਦੀ ਸਾਹਿਬ ਆਉਣ ਵਾਲੇ ਸਮੇਂ 'ਚ ਕਹਿਣ ਨੇ ਵੀ ਹੁਣ ਆਪਾਂ ਥਾਲੀਆਂ ਨਹੀਂ ਵਜਾਉਣੀਆਂ ਹੁਣ ਆਪਾਂ ਕੋਈ ਹੋਰ ਭਾਂਡਾ ਵਜਾਉਣਾ ਪੀਪੇ ਖੜਕਾਉਣਾ ਇਹੋ ਜਿਹਾ ਕੁਛ ਨਹੀਂ ਪਤਾ ਕਿਉਂਕਿ ਜਿਹੜੀ ਵੇਵ ਚੱਲਦੀ ਹੈ ਉਹਦੇ 'ਚ ਮੋਦੀ ਸਾਹਿਬ ਕੁਛ ਵੀ ਵਜਵਾ ਸਕਦੇ ਆ ਕੁਛ ਵੀ ਖੜਕਾ ਸਕਦੇ ਆ ਅਤੇ ਅੱਛਾ ਇੱਕ ਫੋਟੋ ਆਖਰੀ ਜਿਹੜੀ ਅੱਜ ਦੀ ਫੋਟੋ ਹੈ ਉਹ ਬੜੀ ਕਮਾਲ ਦੀ ਫੋਟੋ ਹੈ ਉਹਦੇ 'ਚੋਂ ਬੜਾ ਕੁਛ ਯਾਦ ਆਊਗਾ ਸਾਨੂੰ ਵਾਣ ਦੇ ਮੰਜੇ ਪਿੰਡਾਂ ਦੇ ਵਿੱਚ ਹੁੰਦੇ ਸੀ ਅਤੇ ਅੱਜ ਕੱਲ੍ਹ ਤਾਂ ਚਲੋ ਇੱਧਰਲੇ ਮੁਲਕਾਂ 'ਚ ਅਸੀਂ ਗੱਲ ਕਰੀਏ ਮੈਂ ਕੈਲੀਫੋਰਨੀਆ ਦੀ ਗੱਲ ਕਰਾਂ ਤਾਂ ਇੱਧਰ ਤਾਂ ਜਗ੍ਹਾ ਖੁੱਲੀਆਂ ਨੇ ਵੱਡੇ ਵੱਡੇ ਸਟੋਰ ਨੇ ਆਪਣੇ ਇੰਡੀਅਨ ਪੰਜਾਬੀ ਸਟੋਰ ਜਿਹੜੇ ਨੇ ਉਹਨਾਂ ਨੇ ਵਾਣ ਦੇ ਮੰਜੇ ਤੱਕ ਲਿਆ ਕੇ ਰੱਖੇ ਹੋਏ ਨੇ ਆਪਣੇ ਸਟੋਰਾਂ ਦੇ ਵਿੱਚ ਅਤੇ ਅੱਜ ਇੱਥੋਂ ਲੈ ਸਕਦੇ ਹਾਂ ਅਤੇ ਬਾਹਲੇ ਜਵਾਕਾਂ ਨੂੰ ਨਵੀਂ ਪੀੜ੍ਹੀ ਨੂੰ ਨਹੀਂ ਪਤਾ ਹੋਣਾ ਕਿ ਵਾਣ ਦੇ ਮੰਜੇ ਆਉਂਦੇ ਸੀ ਕਿਸ ਕੰਮ ਦੇ ਤਾਂ ਵਾਣ ਦੇ ਮੰਜੇ ਦੇ ਵਿੱਚ ਇੱਕ ਨੁਕਸ ਪੈਂਦਾ ਹੁੰਦਾ ਸੀ ਸਮੱਸਿਆ ਆਉਂਦੀ ਹੁੰਦੀ ਸੀ ਉਹ ਕਿਹੜੀ ਸਮੱਸਿਆ ਇਹ ਵੀ ਮੈਂ ਤੁਹਾਡੇ ਕੋਲ ਜ਼ਰੂਰ ਪੁੱਛਣੀ ਚਾਹੁੰਦਾ ਆਹ ਫੋਟੋ ਦੇਖੋ ਜੀ ਕੀ ਹੋਇਆ ਇਸ ਵਾਣ ਦੇ ਮੰਜੇ ਨੂੰ ਵਿਚਾਰਾ ਤਿੰਨਾਂ ਲੱਤਾਂ 'ਤੇ ਖੜ੍ਹਾ ਤਿੰਨ ਪਾਵਿਆਂ 'ਤੇ ਕਹਿ ਲਓ ਇੱਕ ਪਾਵਾ ਅਕਸਰ ਇਹ ਦੇਖਣ ਦੇ ਵਿੱਚ ਮਾਹੌਲ ਹੁੰਦਾ ਸੀ ਔਰ ਉਦੋਂ ਬਾਅਦ ਨਜ਼ਾਰਾ ਜਿਹੜਾ ਹੁੰਦਾ ਸੀ ਅਤੇ ਇੱਕ ਜਣੇ ਨੇ ਉੱਧਰ ਬਹਿਣਾ ਜਵਾਕ ਨੇ ਦੂਜੇ ਨੇ ਉੱਧਰ ਬਹਿਣਾ ਭੱਜ ਕੇ ਬਹਿਣਾ ਉਹ ਵੀ ਚਾਹ ਨਾਲ ਪੁਰਾਣੀ ਯਾਦ ਹੈ ਤਾਜ਼ਾ ਕਰ ਰਹੇ ਹਾਂ ਭੱਜ ਕੇ ਚਾਹ ਨਾਲ ਬਹਿਣਾ ਇੱਕ ਪਾਵੇ 'ਤੇ ਦੂਜੇ ਨੇ ਦੂਏ 'ਤੇ ਬਹਿਣਾ ਤਾਂ ਫਿਰ ਥੋੜ੍ਹੀ ਦੇਰ ਬੈਠੇ ਰਹਿਣਾ ਤਾਂ ਉਹ ਸੂਤ ਹੋ ਜਾਂਦੇ ਕਹਿੰਦੇ ਵੀ ਕਾਣ ਪਈ ਹੈ ਇਹਨੂੰ ਅਤੇ ਕਾਣ ਕੀ ਹੁੰਦੀ ਹੈ ਇਹ ਵੀ ਅੱਜ ਆਪਾਂ ਡਿਸਕਸ ਕਰਾਂਗੇ ਗੱਲਾਂ ਕਈ ਡਿਸਕਸ ਕਰਨੀਆਂ ਛੋਟੀਆਂ ਛੋਟੀਆਂ ਚਲੋ ਪ੍ਰੋਗਰਾਮ ਇਹ ਮੰਜੇ ਨੂੰ ਕਾਣ ਪਈ ਹੋਈ ਹੈ ਜੀ ਕਹਿੰਦੇ ਕਾਣ ਇਹ ਸ਼ਾਇਦ ਜਦੋਂ ਮੰਜਾ ਮੀਂਹ ਦੇ ਵਿੱਚ ਗਿੱਲਾ ਹੋ ਕੇ ਮੁੜ ਕੇ ਧੁੱਪ ਲੱਗ ਜਾਂਦੀ ਸੀ ਅਤੇ ਉਦੋਂ ਸ਼ਾਇਦ ਕੋਈ ਇਹਦਾ ਚੂੜਾ ਚਾਲਾ ਜਿਹੀਆਂ ਹਿੱਲ ਜਾਂਦੀਆਂ ਸੀ ਅਤੇ ਉਦੋਂ ਇੱਦਾਂ ਦਾ ਮਾਹੌਲ ਹੁੰਦਾ ਸੀ ਲਓ ਜੀ ਹੁਣ ਫਟਾਫਟ ਦੋ ਵੀਡੀਓ ਦਿਖਾ ਕੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੀਆਂ ਕਾਲਾਂ ਵਾਲਾ ਸਿਲਸਿਲਾ ਸ਼ੁਰੂ ਕਰ ਲੈਣਾ ਜਿਹੜੀ ਪਹਿਲੀ ਵੀਡੀਓ ਹੈਗੀ ਹੈ ਜੀ ਉਹਦੇ 'ਚ ਅਸੀਂ ਅਕਸਰ ਇੰਡੀਆ ਦੀਆਂ ਫੋਟੋਆਂ ਤੁਹਾਨੂੰ ਦਿਖਾਈ ਦੀਆਂ ਵੀਡੀਓ ਦਿਖਾਈ ਦੀਆਂ ਜੀ ਗਾਵਾਂ ਬਹੁਤ ਤੁਰੀਆਂ ਫਿਰਦੀਆਂ ਉੱਥੇ ਅਵਾਰਾ ਗਾਵਾਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਕਿਸੇ ਦੇ ਢੁੱਡ ਮਾਰਦੀਆਂ ਜਦੋਂ ਲੰਘਦੇ ਵੜਦੇ ਜਿਉਂ ਜੀ ਕਰਦਾ ਕਿਸੇ ਸਾਈਕਲਾਂ ਨੂੰ ਚੱਕ ਕੇ ਕੋਈ ਸਾਂਝ ਜਿਹੜਾ ਤੁਰਿਆ ਫਿਰਦਾ ਹੁੰਦਾ ਉਹ ਚੱਕ ਕੇ ਮਾਰਦਾ ਪਰ ਚੁੱਪ ਚਾਪ ਬੰਦਾ ਖੜ੍ਹਾ ਆਰਾਮ ਨਾਲ ਸਾਂਝ ਜਾਂ ਗਾਂ ਵੀ ਆਪਣਾ ਚੁੱਪ ਚਾਪ ਖੜ੍ਹੀ ਹੈ ਪਾਸੇ 'ਤੇ ਐਵੇਂ ਮੂੰਹ ਜਿੱਦਾਂ ਗਾਲੀ ਕਰਦੇ ਐਂ ਕਰੀ ਜਾਂਦੀ ਪਤਾ ਨਹੀਂ ਕੀ ਦਿਮਾਗ 'ਚ ਆਉਂਦਾ ਵੀ ਕਿਹੜੇ ਮੋਟਰਸਾਈਕਲ ਦੇ ਮਗਰ ਪੈਣਾ ਉਹਨੇ ਕਿਹੜੇ ਸਾਈਕਲਾਂ ਨੂੰ ਚੱਕ ਕੇ ਮਾਰਨਾ ਸੋ ਅਸੀਂ ਉੱਥੇ ਕਹਿੰਦੇ ਰਹਿੰਦੇ ਹਾਂ ਅਸੀਂ ਕਹਿੰਦੇ ਅਮੈਰੀਕਾ ਦੇ ਵਿੱਚ ਵੀ ਇਹੋ ਜਿਹੀਆਂ ਗਾਈਆਂ ਹੈਗੀਆਂ ਜਿਹੜੀਆਂ ਢੀਠ ਗਾਵਾਂ ਇਉਂ ਕਹਿ ਸਕਦੇ ਹਾਂ ਵੀ ਜਾਂ ਤਾਂ ਇਹ ਗਾਂ ਜਿਹੜੀ ਹੈ ਪੜ੍ਹੀ ਲਿਖੀ ਘੱਟ ਹੋਣੀ ਹੈ ਜਾਂ ਫਿਰ ਆਈ ਇੰਡੀਆ ਤੋਂ ਹੋਊਗੀ ਗਾਂ ਤੁਸੀਂ ਦੇਖ ਰਹੇ ਹੋ ਜੀ ਬੜੀ ਦੂਰ ਇੱਕ ਬੈਠੀ ਇਹ ਪਹਿਲਾਂ ਫਰੀਵੇ 'ਤੇ ਬੈਠੀ ਸੀ ਟੈਕਸਿਸ ਦੀ ਇਹ ਵੀਡੀਓ ਹੈ ਟੈਕਸਿਸ ਦੇ ਵਿੱਚ ਫਰੀਵੇ 'ਤੇ ਸੀਗੀ ਅਤੇ ਪੁਲਿਸ ਵਾਲੇ ਨੇ ਬੜੀ ਮੁਸ਼ਕਿਲ ਨਾਲ ਇਹ ਮੈਨੂੰ ਲੱਗਦਾ ਪਹਾੜਾਂ ਦੇ ਉੱਪਰ ਜਿਹੜੀ ਚੜ੍ਹਦੀਆਂ ਉਹਦੇ ਉੱਤਰ ਕੇ ਥੱਲੇ ਆ ਗਈ ਅਵਾਰਾ ਗਾਂ ਦੇ 'ਤੇ ਹੋ ਨਹੀਂ ਸਕਦੀ ਅਵਾਰਾ ਗਾਂ ਤਾਂ ਨਾਲ ਦੀ ਨਾਲ ਪਛਾਣਦੇ ਕਿਤੇ ਨਾ ਕਿਤੇ ਅਤੇ ਇਹ ਆ ਗਈ ਫਰੀਵੇ 'ਤੇ ਉਹਨਾਂ ਨੇ ਪੁਲਿਸ ਵਾਲੇ ਪਾਸੇ ਕੀਤੀ ਪਰ ਇਸ ਇੱਥੇ ਉਹ ਬਹਿ ਗਈ ਧਰਨਾ ਲਾ ਕੇ ਉਹ ਟੱਸ ਤੋਂ ਮਸ ਨਹੀਂ ਹੋ ਰਹੀ ਪੁਲਿਸ ਵਾਲੇ ਬਥੇਰਾ ਉਹਦੀਆਂ ਮਿੰਨਤਾਂ ਮੁੰਨਤਾਂ ਕਰ ਰਹੇ ਵੀ ਇੱਥੋਂ ਵੀ ਤੂੰ ਆਪਦੇ ਗਾਹਾਂ ਜਾ ਕੇ ਪੱਠੇ ਪੁੱਠੇ ਚਰ ਹੁਣ ਜੇ ਤਾਂ ਇਹ ਗਾਂ ਹੋਈ ਪੋਲੀਟੀਕਲ ਫਿਰ ਤਾਂ ਲਾਲਚ ਵਿੱਚ ਆ ਕੇ ਕੋਈ ਵਧੀਆ ਪੱਠੇ ਦਿਖਾ ਤੇ ਤਾਂ ਇੱਧਰ ਉੱਧਰ ਹੋ ਜੂਗੀ ਜੇ ਗਾਂ ਇਹ ਹੋਈ ਕਿਸਾਨਾਂ ਵਾਲੀ ਤਾਂ ਫਿਰ ਨਹੀਂ ਹਿਲਦੀ ਭਾਈ ਫਿਰ ਤਾਂ ਆਪਦੇ ਹੱਕ ਲੈ ਕੇ ਉੱਠੂ ਜੀ ਜਿਹੜੇ ਕਰਕੇ ਉਹ ਬੈਠੀ ਹੈ ਸੋ ਇਹ ਇੱਕ ਪਹਿਲੀ ਵਾਰ ਮੈਂ ਇਹੋ ਜਿਹੀ ਖਬਰ ਦੇਖੀ ਹੈ ਕਿ ਕੋਈ ਪਸ਼ੂ ਜਿਹੜਾ ਹੈਗਾ ਉਹ ਸੜਕ 'ਤੇ ਆਇਆ ਹੋਵੇ ਵੈਸੇ ਹਿਰਨ ਹੁਰਨ ਤੱਕ ਤਾਂ ਸੁਣੇ ਆ ਲਿਖ ਕੇ ਲਾਇਆ ਹੁੰਦਾ ਵੀ ਸੜਕ 'ਤੇ ਹਿਰਨ ਵਗੈਰਾ ਆ ਸਕਦੇ ਖਰਗੋਸ਼ ਵਗੈਰਾ ਵੀ ਅਸੀਂ ਜਾਈਏ ਜੋ ਰੀਨੋ ਵਗੈਰਾ ਨੂੰ ਕਾਫੀ ਦਿਸਦੇ ਨੇ ਪਰ ਗਾਂ ਦਾ ਮਾਹੌਲ ਪਹਿਲੀ ਵਾਰ ਦੇਖਿਆ ਤਾਂ ਜੀ ਅਗਲੀ ਇੱਕ ਜਿਹੜੀ ਹੈਗੀ ਹੈ ਵੀਡੀਓ ਉਹ ਕਮਾਲ ਦੀ ਵੀਡੀਓ ਜਸ ਮਨੋਰੰਜਨ ਵਾਸਤੇ ਵੀਡੀਓ ਬਣਾਈ ਹੋਈ ਹੈ ਕਿਸੇ ਨੇ ਸਪੈਸ਼ਲ ਟੈਕਨੀਕਲ ਜੀ ਵੀਡੀਓ ਹੈਗੀ ਆ ਟੈਕਨੀਕਲ ਤੋਂ ਭਾਵ ਇਹ ਹੈ ਕਿ ਉਹਦੇ 'ਚ ਆਪਾਂ 13 ਨੂੰ 7 ਨਾਲ ਉਹਨੇ ਤਕਸੀਮ ਕਰਨਾ ਅੱਜ ਕੱਲ੍ਹ ਤਾਂ ਹੁਣ ਨਿਆਣਿਆਂ ਨੂੰ ਪਤਾ ਹੀ ਨਹੀਂ ਹੋਣਾ ਤਕਸੀਮ ਕੀ ਹੁੰਦੀ ਹੈ
ਗੁਣਾ ਕੀ ਹੁੰਦਾ ਅਤੇ ਜਰਬ ਕੀ ਹੁੰਦੀ ਹੈ, ਕਈ ਕੁਛ ਹੁੰਦਾ ਸੀਗਾ ਉਦੋਂ, ਅਤੇ ਉਹ ਚੀਜ਼ਾਂ ਜਿਹੜੀਆਂ ਉਹ ਤੋਂ ਰਹਿ ਗਈਆਂ ਹੁਣ। ਪਰ ਇਹ ਅੱਜ ਕੱਲ੍ਹ ਤਾਂ ਜਵਾਕ ਨੇ ਕਿਸੇ ਨੇ ਬਣਾਈਆਂ, ਔਰ ਉਹਨੇ ਇਹ ਦੱਸਿਆ, ਔਰ ਉਹ ਟੈਕਨੀਕਲੀ ਜਿੰਨਾ ਮਰਜ਼ੀ ਉਹਨੂੰ ਘੁਮਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਟੈਕਨੀਕਲੀ ਉਹਨੇ ਸਹੀ ਜਵਾਬ ਦਿੱਤਾ। ਥੋੜ੍ਹੀ ਜਿਹੀ ਵੀਡੀਓ ਧਿਆਨ ਨਾਲ ਦੇਖਣ ਵਾਲੀ ਹੈ, ਇਹ ਦੇਖੋ ਵੀਡੀਓ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ। ठीक है, अब सात से दो तो भाग होगा नहीं, ठीक है, अब मैं देती हूँ आठ में भाग, सात एकदम सात, आठ में से सात गए, अब ये दो निकाल लिया ने यहाँ पे, सात पिया, ये देखो सब आ गया आंसर तेरा। अच्छा तो सात को गुणा तेरह में करेंगे तो भी अट्ठाईस आने चाहिए, अगर ये सही है तो गुणा करके दिखाओ, भाग समझ में ना आया मेरे, गुणा करके दिखा। अच्छा तेरह, हाँ। तेरह को गुणा किया मैंने सात से, हाँ। सात किया इक्कीस, सात एक सात, अब इसको जमा करेंगे नीचे, सात और एक आठ, और ये ऊपर का आया दो। जोड़ करके बता, जोड़ तेरह, अगर तू सात बार जोड़ेगी ना तेरह तो भी अट्ठाईस आने चाहिए, अगर ये सही है तो जोड़ के दिखा तू। हाँ एक तेरह, दो तेरह, तीन चार पांच छह, और ये सात, मैं जोड़ूंगा है? मैं जोड़ूंगा, हाँ। तीन छह नौ बारह पंद्रह अठारह इक्कीस बाईस तेईस चौबीस पच्चीस छब्बीस सताईस अट्ठाईस। वाह जी वाह, वाह जी वाह, अठाई पूरे कर दिते। सो यहो जी वीडियो थोड़ी जी कई बार चेहरे तो समाइल लाए होंगे, और तुम पसंद की होनी वीडियो। तो ब्रेक तो बाद असी गल थोड़ी देर जरूर करनी चाहवांगे साडे दर्शकों वास्ते, सरदार हरि सिंह दरुआ जी साडे महान जरनैल होए ने, ਉਹਨਾਂ ਦਾ ਸ਼ਹੀਦੀ ਦਿਹਾੜਾ ਅਸੀਂ ਕਹਿ ਸਕਦੇ ਹਾਂ ਅੱਜ, ਅਤੇ ਨਾਲ ਦੀ ਨਾਲ ਇੱਕ ਸਾਡੇ ਸੱਭਿਆਚਾਰਕ ਮੇਲਿਆਂ ਦੇ ਜਿਹੜੇ ਬਾਬਾ ਬੋਹੜ ਕਹਿ ਸਕਦੇ ਹਾਂ, ਜਾਂ ਸੱਭਿਆਚਾਰਕ ਮੇਲਿਆਂ ਨੂੰ ਹੋਂਦ ਵਿੱਚ ਲਿਆਉਣ ਵਾਲੇ ਜਗਦੀਪ ਸਿੰਘ ਜੱਸੋਵਾਲ, ਉਹਨਾਂ ਦਾ ਵੀ ਅੱਜ 30 ਅਪ੍ਰੈਲ ਨੂੰ ਜਨਮ ਦਿਨ ਹੁੰਦਾ। ਸੋ ਰਲਿਆ ਮਿਲਿਆ ਸਾਰਾ ਪ੍ਰੋਗਰਾਮ ਹੈਗਾ ਅੱਜ ਦਾ ਵੀ ਹਮੇਸ਼ਾ ਦੀ ਤਰ੍ਹਾਂ, ਅਤੇ ਨਾਲ ਦੀ ਨਾਲ ਤੁਹਾਡੀਆਂ ਕਾਲਾਂ ਜਿਹੜੀਆਂ ਹੁਣ ਬ੍ਰੇਕ ਤੋਂ ਬਾਅਦ ਮੈਂ ਲੈਣੀਆਂ ਸ਼ੁਰੂ ਕਰ ਦੇਣੀਆਂ, ਅਤੇ ਵਿਸ਼ਾ ਵੀ ਜਿਹੜਾ ਅਸੀਂ ਰੱਖਾਂਗੇ ਥੋੜ੍ਹਾ ਜਿਹਾ ਉਹ ਜ਼ਰੂਰ ਰੱਖਾਂਗੇ। ਹਾਂ ਤੀਜੀ ਗੱਲ ਜਿਹੜੀ ਇੱਕ ਹੋਰ ਰਹਿ ਗਈ ਕੱਲ੍ਹ ਨੂੰ 1 ਮਈ ਨੂੰ, ਉਹ ਮਜ਼ਦੂਰ ਦਿਵਸ ਹੈਗਾ ਜੀ ਭਾਰਤ ਦੇ ਵਿੱਚ, ਲੇਬਰ ਡੇ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਸੋ ਇਹ ਸਾਰੀਆਂ ਗੱਲਾਂ ਪਤਾ ਕਰਾਂਗੇ ਬ੍ਰੇਕ ਤੋਂ ਬਾਅਦ, ਫਿਲਹਾਲ ਇੱਕ ਬ੍ਰੇਕ ਜਿਹੜੀ ਹੈ ਉਹ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਫਿਰ ਜੁੜ ਕੇ ਤੁਸੀਂ ਜਦ ਤੱਕ ਕਾਲ ਕਰ ਸਕਦੇ ਹੋ, ਕਾਲ ਕਰਕੇ ਆਪਣੇ ਦਿਲ ਦੀ ਗੱਲ ਜਿਹੜੀ ਕਹਿਣੀ ਚਾਹੁੰਦੇ ਲੱਖਾਂ ਪੰਜਾਬੀ ਨੂੰ ਉਹ ਕਹਿ ਸਕਦੇ ਹੋ। ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਹਾਜ਼ਰ ਹਾਂ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ, ਅਤੇ ਸ਼ੁਰੂਆਤ ਅਸੀਂ ਕਰਦੇ ਹਾਂ ਸਾਡੇ ਹਰਿ ਸਿੰਘ ਦਲੂਆ ਜੀ ਮਹਾਨ ਯੋਧੇ, ਉਹਨਾਂ ਤੋਂ ਸ਼ੁਰੂਆਤ ਕਰਾਂਗੇ, ਅਤੇ ਨਾਲ ਦੀ ਨਾਲ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀ ਜਿਹੜੀ ਗੱਲ ਹੈ ਉਹ ਅਸੀਂ ਕੀਤੀ ਹੈ, ਪਰ ਤੁਸੀਂ ਕੋਈ ਵੀ ਗੱਲ ਕਰ ਸਕਦੇ ਹੋ। ਵੈਸੇ ਮੈਂ ਵਿਸ਼ਾ ਵੀ ਇਸ ਸੈਗਮੈਂਟ ਤੋਂ ਬਾਅਦ ਨਾਲ ਰੱਖੂੰਗਾ, ਅਤੇ ਕਾਲਾਂ ਸਿਲਸਿਲਾ ਆਪਾਂ ਸ਼ੁਰੂ ਕਰ ਲੈਂਦੇ। ਗੁਰਮੇਲ ਸਿੰਘ ਧੀਰ ਸਾਹਿਬ ਸਾਡੇ ਪਹਿਲੇ ਕਾਲਰਜ ਹੋਣਗੇ, ਜਿਹੜੇ ਕਿ ਇਤਿਹਾਸ ਦੀ ਜਾਣਕਾਰੀ ਸਾਨੂੰ ਦੇਣਗੇ। ਹਰੀ ਸਿੰਘ ਦਲੂਆ ਜੀ ਦੀ, ਧੀਰ ਸਾਹਿਬ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ। ਹਾਂਜੀ ਸਰਦਾਰ ਜਗਤਾਰ ਸਿੰਘ ਜੀ ਅਤੇ ਸਾਰੇ ਭੈਣੋ ਭਰਾਓ, ਮੇਰੇ ਵੱਲੋਂ ਦੋਨੋਂ ਹੱਥ ਜੋੜ ਕੇ ਆਪ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹੋਰ ਸੁਣਾਓ, ਠੀਕ ਠਾਕ ਜੀ? ਹਾਂਜੀ ਚਲੋ ਸ਼ੁਕਰ ਹੈ। ਅਤੇ ਆਪਣਾ ਤੁਸੀਂ ਬਹੁਤ ਜਾਣਕਾਰੀ ਰੱਖਦੇ ਹੋ, ਅਸੀਂ ਖਾਸ ਤੌਰ 'ਤੇ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਜ਼ਰੂਰ ਮੇਰੀ ਫਿਰ ਕੋਸ਼ਿਸ਼ ਹੁੰਦੀ ਹੈ ਵੀ ਜਿਹੜੇ ਸਾਡੇ ਸੂਝਵਾਨ ਹੈਗੇ ਨੇ ਬੁਲਾਰੇ ਅਸੀਂ ਉਹਨਾਂ ਨੂੰ ਦਰਸ਼ਕਾਂ ਦੇ ਰੂਬਰੂ ਕਰੀਏ। ਜੀ ਮੈਂ ਆਪਣੇ ਕਾਲਜ ਦੇ ਜ਼ਮਾਨੇ ਵਿੱਚ ਸਿੱਖ ਇਤਿਹਾਸ ਅਤੇ ਦੁਨੀਆਂ ਦਾ ਇਤਿਹਾਸ ਕਾਫੀ ਪੜ੍ਹਿਆ, ਅਤੇ ਪ੍ਰੋਫੈਸਰਾਂ ਨਾਲ ਵਿਚਾਰਾਂ ਵੀ ਹੁੰਦੀਆਂ ਰਹਿੰਦੀਆਂ ਸਨ, ਅਤੇ ਉਸ ਵੇਲੇ ਸਾਡੇ ਕਾਲਜ ਦੇ ਵਿੱਚ ਜਗਦੇਵ ਸਰਦਾਰ ਜਗਦੇਵ ਸਿੰਘ ਜੱਸੋਵਾਲ ਵੀ ਆਇਆ ਕਰਦੇ ਸੀ, ਉਹਨਾਂ ਨੂੰ ਮਿਲਣ ਦਾ ਕਾਫੀ ਮੌਕਾ ਮਿਲਿਆ, ਉਹਨਾਂ ਦਾ ਵੀ ਅੱਜ ਜਨਮ ਦਿਨ ਹੈ। ਹਾਂਜੀ ਹਾਂਜੀ, ਦੋਨਾਂ ਨੂੰ ਮੈਂ ਸ਼ਰਧਾਂਜਲੀ ਫੁੱਲ ਭੇਟ ਕਰਦਾ। ਦੇਖੋ ਸਰਦਾਰ ਆਪਣੇ ਦੁਨੀਆਂ ਦੇ ਮਹਾਨ ਜਰਨੈਲ ਜਨਰਲ ਸਰਦਾਰ ਹਰੀ ਸਿੰਘ ਨਲੂਆ ਬਾਰੇ ਮੈਂ ਅੱਜ ਗੱਲ ਕਰਨੀ ਆ। ਜਿਸ ਵਕਤ 1699 ਦੀ ਵਿਸਾਖੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ, ਉਸ ਵੇਲੇ 80,000 ਦੇ ਇਕੱਠ ਦੇ ਨਾਲ ਜਿਹੜਾ ਉੱਥੇ ਲੋਕ ਇਕੱਠੇ ਹੋਏ, ਗੁਜਰਾਂ ਵਾਲੇ ਤੋਂ ਦੋ ਪਰਿਵਾਰ ਆਏ ਜਿਨ੍ਹਾਂ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ ਸੀ, ਕੋਈ ਜਾਣ ਪਛਾਣ ਨਹੀਂ ਸੀ। ਇੱਕ ਸੀ ਬਾਬਾ ਬੁੱਢੇ ਦਾ ਪਰਿਵਾਰ ਤੇ ਇੱਕ ਸੀ ਨਿਰੰਜਣ ਦਾਸ ਦਾ ਪਰਿਵਾਰ। ਅੱਛਾ ਜੀ। ਨਿਰੰਜਣ ਦਾਸ ਉੱਪਰ
ਇਹ ਦੋਨਾਂ ਨੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਉਸ ਵੇਲੇ ਅੰਮ੍ਰਿਤ ਦੀ ਦਾਤ ਉਹਨਾਂ ਦੇ ਪਵਿੱਤਰ ਹੱਥਾਂ ਦੇ ਨਾਲ ਲਈ। ਅੱਛਾ, ਇਹ ਜਿਹੜੇ ਬਾਬਾ ਬੁੱਢਾ ਜੀ ਤਾਂ ਫਿਰ ਬਾਬਾ ਬੁੱਢਾ ਸਿੰਘ ਬਣ ਗਏ ਤੇ ਨਿਰੰਜਨ ਦਾਸ ਤੋਂ ਨਾਂ ਇਹਨਾਂ ਦਾ ਨਿਰੰਜਨ ਸਿੰਘ ਬਣ ਗਿਆ। ਠੀਕ ਹੈ ਜੀ। ਤੇ ਅੱਛਾ, ਹੁਣ ਬਾਬਾ ਬੁੱਢਾ ਜੀ ਦੇ ਅੱਗੇ ਪੁੱਤਰ ਹੋਏ ਨੇ ਦੇਸਾ ਸਿੰਘ, ਦੇਸਾ ਸਿੰਘ ਦਾ ਨੌਤ ਸਿੰਘ, ਨੌਤ ਸਿੰਘ ਦਾ ਸਰਦਾਰ ਚਰਤ ਸਿੰਘ, ਸਰਦਾਰ ਚਰਤ ਸਿੰਘ ਦਾ ਸਰਦਾਰ ਮਹਾਂ ਸਿੰਘ, ਮਹਾਂ ਸਿੰਘ ਦਾ ਮਹਾਰਾਜਾ ਸ਼ੇਰੇ ਪੰਜਾਬ ਰਣਜੀਤ ਸਿੰਘ, ਸਰਦਾਰ ਚਰਤ ਸਿੰਘ ਨੇ ਸ਼ੁਕਰ ਚੱਕੀਆ ਮਿਸਲ ਦੀ ਨੀਂਹ ਰੱਖੀ। ਉਸ ਵੇਲੇ ਦੇ ਸਮਕਾਲੀ ਉਹਨਾਂ ਦੇ ਨਾਲ ਦੇ ਹੋਏ ਨੇ ਗੁਜਰਾਂ ਵਾਲੇ ਦੇ ਸਰਦਾਰ ਹਰਦਿੱਤ ਸਿੰਘ। ਸਰਦਾਰ ਹਰਦਿੱਤ ਸਿੰਘ ਜਨਰਲ ਹਰੀ ਸਿੰਘ ਨਲਵਾ ਦੇ ਦਾਦਾ ਸਨ। ਉਹ ਸਰਦਾਰ ਹਰਦਿੱਤ ਸਿੰਘ ਨੇ ਖੜਕ ਸਿੰਘ ਦੇ ਨਾਲ ਮਿਲ ਕੇ ਅਬਦਾਲੀ ਦੇ ਨਾਲ ਕਈ ਯੁੱਧ ਲੜੇ ਤੇ ਕਈ ਹੋਰ ਜੰਗਾਂ ਦੇ ਵਿੱਚ ਵੀ ਹਿੱਸਾ ਲਿਆ। ਹਰਦਿੱਤ ਸਿੰਘ ਦਾ ਪੁੱਤਰ ਸੀ ਸਰਦਾਰ ਗੁਰਦਿਆਲ ਸਿੰਘ ਕੁੰਮੇਦਾਨ। ਕੁੰਮੇਦਾਨ ਦਾ ਇਹ ਹੌਲਦਾਰ ਦਾ ਰੁਤਬਾ ਹੁੰਦਾ ਸੀ, ਉਹ ਸ਼ੁਕਰ ਚੱਕੀਆ ਮਿਸਲ ਦੇ ਵਿੱਚ ਕੁੰਮੇਦਾਨ ਹੁੰਦਾ ਸੀ। ਅੱਛਾ, ਸਰਦਾਰ ਗੁਰਦਿਆਲ ਸਿੰਘ ਦਾ ਪੁੱਤਰ ਹੋਇਆ ਮਹਾਨ ਯੋਧਾ, ਦੁਨੀਆਂ ਦਾ ਜਰਨੈਲ ਸਰਦਾਰ ਜਨਰਲ ਹਰੀ ਸਿੰਘ ਨਲੂਆ, ਜਿਨ੍ਹਾਂ ਨੇ ਮਾਤਾ ਧਰਮ ਕੌਰ ਦੀ ਕੁੱਖ ਤੋਂ ਜਨਮ ਲਿਆ। ਉਸ ਮਾਂ ਨੂੰ, ਮਹਾਨ ਮਾਂ ਨੂੰ ਮੇਰਾ ਬਹੁਤ ਬਹੁਤ ਅੱਜ ਸੈਲੂਟ, ਜਿਹਨੇ ਸਾਡੇ ਸਿੱਖ ਪੰਥ ਨੂੰ ਸਾਰੀ ਦੁਨੀਆਂ ਦੇ ਵਿੱਚ ਮਸ਼ਹੂਰ ਕਰ ਦਿੱਤਾ। ਤੇ ਇਹਨਾਂ ਦੋਨਾਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਸਰਦਾਰ ਹਰੀ ਸਿੰਘ ਨਲੂਆ ਨੇ ਹਿੰਦੁਸਤਾਨ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ। ਜੀ ਬਿਲਕੁਲ ਬਿਲਕੁਲ। ਸਰਦਾਰ ਗੁਰਦਿਆਲ ਸਿੰਘ ਕੁੰਮੇਦਾਨ ਸੱਤ ਸਾਲ, ਜਦੋਂ ਸਰਦਾਰ ਹਰੀ ਸਿੰਘ ਨਲੂਆ 7 ਸਾਲ ਦਾ ਸੀ, ਸਰਦਾਰ ਗੁਰਦਿਆਲ ਸਿੰਘ ਕੁੰਮੇਦਾਨ ਇੱਕ ਬਿਮਾਰੀ ਦੇ ਬਿਮਾਰ ਹੋਣ ਕਾਰਨ ਉਸ ਦੀ ਮੌਤ ਹੋ ਗਈ। ਤੇ ਮਾਤਾ ਧਰਮ ਕੌਰ ਜੀ ਆਪਣੇ ਪੁੱਤਰ ਨੂੰ ਲੈ ਕੇ ਆਪਣੇ ਪੇਕੇ ਘਰ ਆ ਗਈ, ਜਿੱਥੇ ਧਰਮ ਕੌਰ ਦੇ ਭਰਾ ਸਰਦਾਰ ਬਦਰ ਸਿੰਘ ਨੇ, ਜਿਹੜਾ ਹਰੀ ਸਿੰਘ ਨਲੂਏ ਦਾ ਮਾਮਾ ਸੀ, ਆਪਣੇ ਭਾਣਜੇ ਨੂੰ ਬੜੇ ਲਾੜ ਪਿਆਰ ਨਾਲ ਤੇ ਖੁੱਲੇ ਖਾਣ ਪੀਣ ਨਾਲ ਪਾਲਿਆ ਤੇ ਚੰਗੇ ਚੰਗੇ ਉਸਨੂੰ ਉਸਤਾਦ ਧਾਰ ਕੇ ਦਿੱਤੇ, ਜਿਹਦੇ ਵਿੱਚ ਉਹਨਾਂ ਨੇ ਤਲਵਾਰਬਾਜ਼ੀ, ਤੀਰ ਅੰਦਾਜ਼ੀ, ਤੀਰ ਅੰਦਾਜ਼ੀ ਤੇ ਆਪਣੇ ਵਰਸ਼ਾ ਚਲਾਉਣਾ, ਨੇਜਾਬਾਜ਼ੀ ਤੇ ਭਲਵਾਨੀ, ਬੰਦੂਕ ਚਲਾਉਣੀ, ਸਾਰੇ ਜੌਹਰ ਉਸ ਵੇਲੇ ਦੇ ਜੰਗੀ ਉਹਨਾਂ ਨੂੰ ਸਿਖਾਏ ਤੇ ਨਾਲ ਦੀ ਨਾਲ ਉਹਨਾਂ ਨੂੰ ਉਹ ਵੀ ਉਸਤਾਦ ਰੱਖੇ ਜਾਣ, ਗੁਰਮੁਖੀ, ਉਰਦੂ, ਹਿੰਦੀ, ਅਰਬੀ, ਫਾਰਸੀ, ਪਸ਼ਤੋ, ਇਹ ਜਵਾਨਾਂ ਦਾ ਮਹਾਨ ਵਿਦਵਾਨ ਬਣਵਾਇਆ। ਜਦੋਂ ਸਰਦਾਰ ਹਰੀ ਸਿੰਘ 15 ਸਾਲ ਦਾ ਨੌਜਵਾਨ ਹੋਇਆ ਤਾਂ ਉਹਨਾਂ ਦਿਨਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਲਾਹੌਰ ਦੇ ਵਿੱਚ ਬਸੰਤ ਪੰਚਮੀ ਦੇ ਦਿਨਾਂ ਵਿੱਚ 10 ਦਿਨ ਮੇਲਾ ਲਾਇਆ ਕਰਦੇ ਸੀ। ਅੱਛਾ ਜੀ। ਉਹ ਜਿਹੜਾ ਮੇਲਾ ਹੁੰਦਾ ਸੀ, ਇਹ ਗਾਉਣ ਵਜਾਉਣ ਦਾ ਮੇਲਾ ਨਹੀਂ ਸੀ ਹੁੰਦਾ, ਉਹ ਮੇਲਾ ਹੁੰਦਾ ਸੀ ਦੂਰ ਦੂਰ ਪੰਜਾਬ ਦੇ ਇਲਾਕਿਆਂ ਤੋਂ ਬੜੇ ਬੜੇ ਯੋਧੇ, ਨੌਜਵਾਨ, ਮੁੰਡੇ, ਗੱਭਰੂ ਉੱਥੇ ਆਇਆ ਕਰਦੇ ਸਨ ਤੇ ਉਹਦੇ ਵਿੱਚ ਆਪਣੇ ਆਪ ਸਾਰੇ ਜੰਗੀ ਕਰਤੱਵ ਜੌਹਰ ਸਿਖਾਇਆ ਕਰਦੇ ਸਨ। ਤੇ ਇਹ ਉੱਥੇ ਇਹ ਹਰੀ ਸਿੰਘ 15 ਸਾਲ ਦਾ ਸੋਹਣਾ ਨੌਜਵਾਨ, ਚੌੜੀ ਛਾਤੀ ਵਾਲਾ ਗੱਭਰੂ ਮੁੰਡਾ, ਕਿਉਂਕਿ ਜਨ ਹਰੀ ਸਿੰਘ ਨਲੂਏ ਦੀ 60 ਇੰਚ ਚੌੜੀ ਛਾਤੀ ਸੀ, ਉਹ ਉੱਥੇ ਆਇਆ ਤੇ ਉਹ ਉੱਚਾ 6 ਫੁੱਟ 1 ਇੰਚ ਲੰਬਾ ਰੰਗ ਗੋਰਾ ਉਸ ਮੇਲੇ ਦੇ ਵਿੱਚ ਆਇਆ ਤੇ ਇਹਨੇ ਬੜੇ ਚੰਗੀ ਜੌਹਰ ਦਿਖਾਏ, ਭਲਵਾਨੀ ਵੀ ਇਹਦੇ ਵਿੱਚ ਵੀ ਜਿੱਤ ਪ੍ਰਾਪਤ ਕੀਤੀ, ਘੋੜ ਸਵਾਰੀ ਸਭ ਤੋਂ ਅੱਗੇ ਨਿਕਲ ਗਿਆ, ਹਰੇਕ ਕੰਮ ਦੇ ਵਿੱਚ ਅੱਗੋਂ ਨਿਕਲ ਗਿਆ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਆਪਣੀ ਕੁਰਸੀ ਤੋਂ ਉੱਠੇ, ਜਿਹੜਾ ਉਹਨਾਂ ਦੇ ਗਲ ਦੇ ਵਿੱਚ ਕੀਮਤੀ ਹਾਰ ਪਾਇਆ ਸੀ, ਹਰੀ ਸਿੰਘ ਦੇ ਗਲ ਵਿੱਚ ਪਾ ਕੇ ਕਿਹਾ, ਜਵਾਨਾ ਕੀ ਨਾਂ ਆ ਤੇਰਾ? ਤਾਂ ਹਰੀ ਸਿੰਘ ਨੇ ਬੜੀ ਨਿਮਰਤਾ ਨਾਲ ਆਖਿਆ, ਮਹਾਰਾਜ ਜੀ ਹਰੀ ਸਿੰਘ। ਤੇ ਨਾਲ ਖੜੇ ਸਿਪਾਹੀ ਨੇ ਦੱਸਿਆ, ਇਹ ਜੀ ਆਪਣੇ ਸ਼ੁਕਰ ਚੱਕੀਆ ਮਿਸਲ ਦੇ ਕੁੰਮੇਦਾਨ ਗੁਰਦਿਆਲ ਸਿੰਘ ਦਾ ਹੋਣਹਾਰ ਪਚੰਗੀ ਆ। ਤਾਂ ਮਹਾਰਾਜਾ ਰਣਜੀਤ ਸਿੰਘ ਬਹੁਤ ਖੁਸ਼ ਹੋਏ, ਇਹਨੂੰ ਉਸੇ ਵੇਲੇ 200 ਫੌਜੀ ਦਾ ਕਮਾਂਡਰ ਬਣਾ ਦਿੱਤਾ ਤੇ ਨਾਲ ਆਪਣੀ ਸਿਕਿਉਰਿਟੀ ਦੇ ਵਿੱਚ ਵੀ ਰੱਖ ਲਿਆ। ਅੱਛਾ ਜੀ। ਫਿਰ ਉਸ ਤੋਂ ਬਾਅਦ ਚਲੋ ਚਾਲ ਕਸੂਰ ਦੀ ਜੰਗ ਜਿੱਤੀ ਤੇ ਉਹ ਕਾਂਗੜੇ ਦੀ ਜੰਗ ਜਿੱਤੀ ਤੇ ਹੋਰ ਖਾਨ ਖਾਨਾ ਜਿਹੜਾ ਮੁਲਤਾਨ ਦੇ ਕੋਲ ਹੀ ਆ ਉਹਦੀ ਜੰਗ ਜਿੱਤੀ ਤੇ ਅਟਕ, ਝੰਗ ਸਿਆਲ, ਹਜ਼ਾਰਾ ਤੇ ਆਪਣੇ ਡੇਰਾ ਇਸਮਾਇਲ ਖਾਨ, ਡੇਰਾ ਗਾਜੀ ਖਾਨ,
ਇਹ ਸਾਰੀਆਂ ਕਿੰਨੀਆਂ ਜੰਗਾਂ ਜਿੱਤੀਆਂ, ਸਿਰਫ ਪਹਿਲੀਆਂ ਤਿੰਨ ਜੰਗਾਂ ਜਦੋਂ ਸਰਦਾਰ ਹਰੀ ਸਿੰਘ ਉਹਨਾਂ ਦੀ ਫੌਜ ਵਿੱਚ ਨਹੀਂ ਸੀ, ਬਾਕੀ ਦੀਆਂ 45 ਜੰਗਾਂ ਵਿੱਚ ਸਾਰੀਆਂ ਵਿੱਚ ਹੀ, ਕਸ਼ਮੀਰ ਦੀ ਜੰਗ ਸਾਰੀਆਂ ਵਿੱਚ ਹਿੱਸਾ ਲਿਆ, ਮੁਲਤਾਨ ਦੀ ਜੰਗ ਜੀ, ਤੇ ਮੁਲਤਾਨ ਦੀ ਜੰਗ ਜਿਹੜੀ ਸੀ ਉਹਦੇ ਵਿੱਚ ਜਦੋਂ ਇੱਥੇ 3 ਮਹੀਨੇ ਲੜਾਈ ਲੱਗੀ ਰਹੀ ਤੇ ਉਹ ਜਿਹੜੀ ਕਿਲ੍ਹੇ ਦੀ ਕੰਧ ਸੀ ਉਹ 12 ਫੁੱਟ ਚੌੜੀ ਸੀ, ਜੱਗੀ ਦੀ ਕੰਧ, ਹਾਂਜੀ, ਉਹ ਨਵਾਬ ਮੁਜ਼ੱਫਰ ਖਾਨ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਕਰ ਦੇਣਾ, ਟੈਕਸ ਦੇਣਾ ਉਹਨੇ ਬੰਦ ਕਰਤਾ ਸੀ, ਤੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਇਸ ਕਿਲ੍ਹੇ ਨੂੰ ਮੁਲਤਾਨ ਨੂੰ ਜਿੱਤਣ ਦਾ ਫੈਸਲਾ ਕੀਤਾ, ਤੇ ਉਹ ਜਿੱਤ ਨਹੀਂ ਸੀ ਹੁੰਦੀ, ਅਕਾਲੀ ਫੂਲਾ ਸਿੰਘ ਸਾਹਿਬ ਉੱਥੇ ਲੜਾਈ ਲੜ ਰਹੇ ਸੀ, ਇਹ ਫਿਰ ਜਨਰਲ ਹਰੀ ਸਿੰਘ ਨਲੂਆ, ਇਹ ਮਹਾਰਾਜਾ ਰਣਜੀਤ ਸਿੰਘ ਨੇ ਬੜੀ ਭਾਰੀ ਤਕਰੀਰ ਕੀਤੀ ਕਿ ਅੱਜ ਸਾਡੇ ਖਾਲਸੇ ਦੀ ਬੰਗਾਲ ਦਾ ਸਵਾਲ ਹੈ ਕਿ ਅਸੀਂ ਕਿਉਂਕਿ ਹਾੜ ਦਾ ਮਹੀਨਾ ਆ ਗਿਆ ਸੀ, ਗਰਮੀ ਬੜੀ ਪੈ ਰਹੀ ਸੀ, ਹੈਜ਼ਾ ਫੈਲ ਗਿਆ ਸੀ, ਤੇ ਅਸੀਂ ਇਸ ਜੰਗ ਨੂੰ ਜਿੱਤਣਾ ਤੇ ਸਾਡੇ ਕੋਲੋਂ ਇਹ ਜਿਹੜੀ ਕੰਧ ਆ ਇਸ ਤੋੜ ਹੀ ਨਹੀਂ ਜਾ ਸਕੀ, ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਵੀ ਮੈਂ ਵੀ ਅੱਜ ਸ਼ਹੀਦ ਹੋਣਾ, ਉਹ ਲਾਈਨ ਦੇ ਵਿੱਚ ਖੜੇ ਹੋ ਗਏ, ਜਨਰਲ ਹਰੀ ਸਿੰਘ ਨਲੂਆ ਤੇ ਅਕਾਲੀ ਫੂਲਾ ਸਿੰਘ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਜੀ ਸਾਡੇ ਵਰਗੇ ਦਾ ਤੁਹਾਨੂੰ ਕਿੰਨੇ ਮਿਲ ਜਾਣਗੇ ਪਰ ਤੁਹਾਡੇ ਵਰਗਾ ਸਾਨੂੰ ਨਹੀਂ ਮਿਲਣਾ, ਸਾਨੂੰ ਸ਼ਹੀਦ ਹੋ ਲੈਣ ਦਿਓ, ਤੇ ਜਨਰਲ ਹਰੀ ਸਿੰਘ ਨਲੂਏ ਨੇ ਬਰੂਦ ਆਪ ਜਾ ਕੇ ਆਪਣੇ ਰਿਸ਼ਕ ਦੇ ਉੱਤੇ ਉਹ ਕੰਧ ਦੇ 12 ਦੇ ਥੱਲੇ ਭਰ ਦਿੱਤਾ, ਜਦੋਂ ਕੰਧ ਫਟੀ ਤੇ ਉਹ ਕੰਧ ਇਹਨਾਂ ਦੇ ਉੱਤੇ ਵੀ ਆ ਡਿੱਗੀ, ਜਨਰਲ ਹਰੀ ਸਿੰਘ ਨਲੂਆ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਤੇ ਅਕਾਲੀ ਫੂਲਾ ਸਿੰਘ ਅੰਦਰ ਕਿਲ੍ਹੇ ਦੇ ਜਾ ਵੜੇ ਤੇ ਮੁਜ਼ੱਫਰ ਖਾਨ ਦੇ ਨਾਲ ਮੁਕਾਬਲਾ ਹੋਇਆ, ਤੇ ਉਹਨੇ ਚਿੱਟਾ ਕੱਪੜਾ ਖੜਾ ਕਰ ਦਿੱਤਾ, ਝੰਡਾ ਵੀ ਮੈਂ ਤੁਹਾਡੀ ਈਨ ਮਰ ਲਈ, ਇੱਧਰ ਮਹਾਰਾਜਾ ਰਣਜੀਤ ਸਿੰਘ ਨੇ ਜਨਰਲ ਹਰੀ ਸਿੰਘ ਨਲੂਏ ਨੂੰ ਕਿਉਂਕਿ ਉਹ ਤੰਬੂ ਦੇ ਵਿੱਚ ਲੈ ਗਏ ਤੇ ਉਹਦਾ ਬੜੀ ਚੰਗੀ ਤਰ੍ਹਾਂ ਇਲਾਜ ਕੀਤਾ ਤੇ ਫਟੜ ਉਹ ਠੀਕ ਹੋ ਗਏ, ਤੰਦਰੁਸਤ ਹੋ ਗਏ, ਫਿਰ ਉਸ ਤੋਂ ਨਸ਼ਹਿਰੇ ਦੀ ਜੰਗ, ਨਸ਼ਹਿਰੇ ਦੀ ਜੰਗ ਵੀ ਬੜੀ ਭਿਆਨਕ ਜੰਗ ਸੀ ਜਿਹਦੇ ਵਿੱਚ ਸਾਡੇ ਮਹਾਨ ਯੋਧੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਸ਼ਹੀਦ ਹੋ ਗਏ ਸੀ। ਹੁਣ ਮੈਂ ਕਸ਼ਮੀਰ ਦੀ ਜੰਗ ਵੀ ਇਹਨਾਂ ਲੜੀ ਜੀ, ਥੋੜੇ ਕਸ਼ਮੀਰ, ਹਾਂਜੀ, ਉਹ ਪਿਸ਼ਾਵਰ ਤੇ ਆ ਜਾਂਦਾ, ਪਿਸ਼ਾਵਰ ਦੇ ਵਿੱਚ ਜਿਹੜੇ 800 ਸਾਲ ਤੱਕ ਜਰਵਾਣੇ ਆ ਕੇ ਸਾਡੇ ਪੰਜਾਬ ਤੇ ਹਮਲੇ ਕਰਦੇ ਰਹੇ, ਦਰਾ ਖੈਬਰ ਇਹ ਅਕਾਲੀ ਫੂਲਾ ਸਿੰਘ ਨੇ ਜਿੱਤਿਆ ਪਹਿਲੀ ਵਾਰ ਜੀ ਜੀ। ਇਹਨਾਂ ਦੀ ਸ਼ਹੀਦੀ ਬਾਰੇ ਕੀ ਜਾਣਕਾਰੀ ਹੈ ਜੀ, ਇਤਿਹਾਸ? ਸ਼ਹੀਦੀ ਬਾਰੇ ਜਦੋਂ ਇਹ ਜਬਰਾਓ ਦਾ ਕਿਲ੍ਹਾ ਇਹਨਾਂ ਨੇ ਅਜੇ ਉਹ ਮੈਂ ਦੱਸਣਾ ਚਾਹੁੰਦਾ ਕਿ ਉਹ ਬਣਾ ਰਹੇ ਸੀ, ਉੱਥੇ ਤੰਬੂ ਲੱਗੇ ਹੋਏ ਸੀ ਤਾਂ ਇੱਕ ਔਰਤ ਪਠਾਣੀ ਔਰਤ ਆਈ ਬਾਨੋ, ਇਤਿਹਾਸ ਤਾਂ ਬੜਾ ਲੰਬਾ ਪਰ ਮੈਂ ਛੋੜਾ, ਉਹ ਕਹਿੰਦੀ ਮੈਂ ਇਸ ਬਹਾਦਰ ਜਰਨੈਲ ਨੂੰ ਮਿਲਣਾ ਚਾਹੁੰਦੀ ਹਾਂ ਜਿਹਨੇ ਸਾਡੇ ਪਠਾਣਾ ਵਰਗੀ ਕੌਮ ਨੂੰ ਅੱਗੇ ਲਾ ਲਿਆ, ਤਾਂ ਜਦੋਂ ਉਹ ਨਹੀਂ ਹਟੀ ਤਾਂ ਸਿਪਾਹੀਆਂ ਨੇ ਇੱਕ ਮਿੰਟ ਪਿਆ ਵੀ ਠਹਿਰ ਤੇ, ਤਾਂ ਅੰਦਰ ਸਰਦਾਰ ਹਰੀ ਸਿੰਘ ਨਲੂਆ ਉਸ ਵੇਲੇ ਆਪਣੇ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸੀ, ਤੇ ਸੁਖਮਨੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਉਹ ਇਸ ਨੂੰ ਅੰਦਰ ਲਾਏ ਬਾਨੋ ਨੂੰ, ਤੇ ਕੀ ਕਹਿੰਦੇ ਬੀਬੀ ਕੀ ਗੱਲ ਆ, ਸਰਦਾਰ ਹਰੀ ਸਿੰਘ ਨਲੂਆ ਕਹਿਣ ਲੱਗੇ, ਤਾਂ ਉਹ ਕਹਿੰਦੀ ਵੀ ਮੈਨੂੰ ਤੁਹਾਡੇ ਕੋਲੋਂ ਪੁੱਤਰ ਚਾਹੀਦਾ, ਉਹ ਕਹਿੰਦਾ ਬੀਬੀ ਤੂੰ ਚਲੀ ਜਾ, ਅਸੀਂ ਇਸ ਕਿਸਮ ਦੇ ਬੰਦੇ ਨਹੀਂ ਹੈਗੇ, ਮੇਰੇ ਅੱਗੇ 2 ਲੜਕੇ ਤੇ 1 ਲੜਕੀ ਆ, ਮੈਂ ਵਿਆਹਿਆ ਹੋਇਆ, ਤੂੰ ਇੱਥੋਂ ਚਲੀ ਜਾ, ਤੇ ਜਦੋਂ ਉਹ ਜਿੱਦ ਕਰਨ ਲੱਗੀ ਤਾਂ ਜਨਰਲ ਹਰੀ ਸਿੰਘ ਨਲੂਏ ਨੇ ਇੱਕ ਚਿੱਟੀ ਚਾਦਰ ਮੰਗਾਈ, ਤੇ ਦੇਖੋ ਉਸ ਵੇਲੇ ਦੇ ਕਿੰਨੇ ਮਹਾਨ ਯੋਧੇ ਨਿਮਰਤਾ ਵਾਲੇ ਹੁੰਦੇ ਸੀ, ਤੇ ਉਸ ਉਹਦੇ ਸਿਰ ਤੇ ਰੱਖ ਕੇ ਬਾਨੋ ਦੀ ਸਿਰ ਤੇ ਰੱਖ ਕੇ ਆਖਿਆ ਮਾਂ ਆਪਣੇ ਪੈਰਾਂ ਦੇ ਵਿੱਚ ਇਹਨਾਂ ਨੇ ਆਪਣਾ ਉਹਦੇ ਪੈਰਾਂ ਦੇ ਸੀਸ ਮਾਇਆ, ਮਾਂ ਤੂੰ ਮੈਨੂੰ ਆਪਣਾ ਪੁੱਤਰ ਬਣਾ ਲੈ, ਹਾਂਜੀ, ਤੇ ਉਹ ਇਹ ਜਮਰਾਓ ਦੀ ਜਿਹੜੀ ਸ਼ਹੀਦੀ ਆ ਉਹ ਸ਼ਹੀਦੀ ਜਿਹੜਾ ਵਿਲੀਅਮ ਮੈਕਾਰਥ ਇਹਨਾਂ ਦਾ ਉਹ ਆਪਣੇ ਇੱਕ ਇਤਿਹਾਸਕਾਰ ਹੋਇਆ ਇੰਗਲੈਂਡ ਦਾ 1881 ਦੇ ਵਿੱਚ ਉਹ ਦਰਾ ਖੈਬਰ ਗਿਆ, ਉਹ ਕਹਿੰਦਾ ਵੀ ਅੱਜ ਤੱਕ ਦਰਾ ਖੈਬਰ ਨੂੰ ਕੋਈ ਨਹੀਂ ਜਿੱਤ ਸਕਿਆ ਸਵਾਏ ਇਸ ਮਹਾਨ ਜਰਨੈਲ ਸੰਤ ਸਰਦਾਰ ਹਰੀ ਸਿੰਘ ਨਲੂਏ ਦੇ। ਤੇ ਅੱਛਾ ਜਮਰਾਓਦ ਇਹ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਕੰਵਰ ਰਾਉਨਿਆਲ ਸਿੰਘ ਦੀ ਸ਼ਾਦੀ ਦੇ ਵਿੱਚ ਇੱਥੇ ਅਟਾਰੀ ਬਿਜ਼ੀ ਸੀ, ਤੇ ਦੂਜੇ ਪਾਸੇ ਸਰਦਾਰ ਹਰੀ ਸਿੰਘ ਨਲੂਆ ਪਿਸ਼ਾਵਰ ਦੇ ਵਿੱਚ ਬਿਮਾਰ ਸਨ। ਜਮਰਾਓਦ ਦਾ ਕਿਲ੍ਹਾ ਦਰਾ ਖੈਬਰ ਪਿਸ਼ਾਵਰ ਤੋਂ 20 ਮੀਲ ਅੱਗੇ ਆ। ਇਹ ਜਿਹੜਾ ਉੱਥੇ ਦਾ ਦੋਸਤ ਮੁਹੰਮਦ ਖਾਨ ਸੀ ਅਫਗਾਨਿਸਤਾਨ ਦਾ ਬਾਦਸ਼ਾਹ, ਉਹਨੂੰ ਪਤਾ ਲੱਗ ਗਿਆ, ਉਹਨੇ ਫਾਇਦਾ ਉਠਾ ਕੇ ਆਪਣੀ 10 ਲੱਖ ਤੋਂ ਵੱਧ ਫੌਜ ਇਕੱਠੀ ਕਰਕੇ ਜਮਰਾਓਦ ਦੇ ਕਿਲ੍ਹੇ ਤੇ ਹਮਲਾ ਕਰਤਾ। ਸ਼ਹੀਦੀ ਇਹਨਾਂ ਦੀ ਜਮਰਾਓਦ ਹੀ ਹੋਈ ਸੀ ਨਾ? ਹਾਂਜੀ, ਸ਼ਹੀਦੀ ਜਮਰਾਓਦ ਹੀ ਹੋਈ ਸੀ ਇਹਨਾਂ ਦੀ।
हाँ जी, क्योंकि उस वेले किले दे विच सरदार महा सिंह सिर्फ 1000 फौज लैके बैठे सी जी, ते उन्होंने सारा दिन लड़ाई होंदी रही किले दी, कंध एक पासे सज्जे पासे पार पै गया जी। ते उस वेले सरदार महा सिंह ने कहा कि अज कोई उठे सूरमा जिहड़ा एक चिट्ठी लैके सरदार हरी सिंह नलवे दे कोल जावे, तां सारे ही घबराउंदे सी क्योंकि बाहर पठानी फौज जगह जगह ते फिरदी सी। इत्थे मैं बीबी हरशरण कौर सरदार हरी सिंह नलवे नूं गया तां उहनां दे कोलों जाके इस बीबी नूं लै ते उषा राणी ने फिर अमृत छक के बीबी हरशरण कौर बनी। इस दे फिर ਉਹ ਰਾਤ ਨੂੰ ਫਿਰ ਆਪਣੇ ਬੁਰਕਾ ਪਾ ਕੇ ਭੇਸ ਬਦਲ ਕੇ ਥੱਲੇ ਚਾਰ ਮਤਲਬ ਘੋੜਿਆਂ ਦੀ ਤਰ੍ਹਾਂ ਹੋ ਕੇ ਉੱਥੇ ਪਿਸ਼ਾਵਰ ਜਾ ਪਹੁੰਚੀ ਸਰਦਾਰ ਹਰੀ ਸਿੰਘ ਨਲੂਏ ਦੇ ਕੋਲ। ਉਹਨੇ ਕਿਹਾ ਸੀ ਵੀ ਜੇ ਮੈਂ ਪਿਸ਼ਾਵਰ ਨਾ ਤੋਪ ਚੱਲਣ ਦੀ ਆਵਾਜ਼ ਨਾ ਹੀ ਤੜਕੇ ਤੱਕ ਤੁਸੀਂ ਸਮਝ ਲਓ ਮੈਂ ਆਪਣੇ ਗੁਰੂ ਚਰਨਾਂ 'ਚ ਪਹੁੰਚ ਗਈ, ਜੇ ਤੋਪ ਚੱਲਣ ਦੀ ਆਵਾਜ਼ ਆ ਗਈ ਤਾਂ ਤੁਸੀਂ ਸਮਝ ਲਿਓ ਕਿ ਮੈਂ ਆਪਣੇ ਬਾਪੂ ਜੀ ਸਰਦਾਰ ਹਰੀ ਸਿੰਘ ਨਲੂਏ ਦੇ ਕੋਲ ਪਹੁੰਚ ਗਈ। ਜਦੋਂ ਤੋਪ ਚੱਲੀ ਤਾਂ ਸਰਦਾਰ ਮਹਾਂ ਸਿੰਘ ਇੱਧਰ ਕਿਲੇ ਦੇ ਵਿੱਚ ਬਹੁਤ ਖੁਸ਼ ਹੋਏ ਉਹਨਾਂ ਦੀ ਉਹਦੀ ਆਵਾਜ਼ ਸੁਣ ਕੇ। ਉਸੇ ਵੇਲੇ ਸਖ਼ਤ ਬਿਮਾਰ ਪਏ ਹਰੀ ਸਿੰਘ ਨਲੂਆ, ਆਪਣੀ ਫੌਜ ਲੈ ਕੇ ਤੁਰ ਪਏ ਤੇ ਉਹ ਪਠਾਨ ਦੌੜ ਗਏ ਤੇ ਇੱਕ ਜਿਹੜਾ ਇਹਨਾਂ ਦਾ ਜਰਨੈਲ ਸੀ ਸਰਦਾਰ ਨਿਧਾਨ ਸਿੰਘ ਪਾਂਗਾ ਤਾਂ ਉਹ ਅੱਗੇ ਦੂਰ ਤੱਕ ਦਰਾ ਖੈਬਰ ਤੋਂ ਵੀ ਅੱਗੇ ਨਿਕਲ ਗਿਆ। ਸਰਦਾਰ ਹਰੀ ਸਿੰਘ ਨਲੂਆ ਆਪਣੇ ਇਸ ਫੌਜਦਾਰ ਨੂੰ ਬਚਾਉਣ ਦੇ ਲਈ ਅੱਗੇ ਵਧੇ ਤਾਂ ਪਿੱਛੇ ਗੁਫਾ ਦੇ ਵਿੱਚ ਲੁਕੇ ਹੋਏ ਦੋ ਪਠਾਣਾ ਨੇ ਪਿੱਛੇ ਗੋਲੀਆਂ ਮਾਰੀਆਂ ਜੀ ਜੀ ਜੀ। ਤੇ ਉਸ ਤੋਂ ਬਾਅਦ ਉਹ ਜ਼ਖਮੀ ਹੋ ਕੇ ਆਪਣੇ ਜਮਰੌਦ ਦੇ ਕਿਲੇ ਵਿੱਚ ਗਏ ਜਿੱਥੇ ਸਰਦਾਰ ਹਰੀ ਸਿੰਘ ਸਾਡਾ ਮਹਾਨ ਯੋਧਾ ਦੁਨੀਆਂ ਦਾ ਇਸ ਦੁਨੀਆਂ ਤੋਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜਾ ਵੜਿਆ। ਅੱਛਾ ਤੀਰ ਸਾਹਿਬ, ਇਦਾਂ ਦਾ ਇਹਨਾਂ ਦੇ ਨਲੂਆ ਦੇ ਨਾਮ ਦੀ ਹੈ ਕੋਈ ਜਾਣਕਾਰੀ ਇਤਿਹਾਸ ਦੇ ਵਿੱਚ ਵੀ ਨਲੂਆ ਨਾਮ ਹਰੀ ਸਿੰਘ ਨਲੂਆ ਜੀ? ਜਦੋਂ ਮਹਾਰਾਜਾ ਰਣਜੀਤ ਸਿੰਘ ਸਿਆਲਕੋਟ ਦੇ ਇਲਾਕੇ ਦੇ ਵਿੱਚ ਸ਼ਿਕਾਰ ਕਰ ਰਹੇ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ ਕਿ ਇਸ ਸ਼ਿਕਾਰ ਨੂੰ ਗੋਲੀ ਨਾਲ ਹੀ ਮਾਰਨਾ, ਸ਼ੇਰ ਨੂੰ ਤਲਵਾਰ ਨਾਲ ਇਹਦਾ ਕਤਲ ਕਰਨਾ। ਤਾਂ ਉਸ ਵੇਲੇ ਅਚਾਨਕ ਇੱਕ ਸ਼ੇਰ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਚਾਪਿਆ ਤਾਂ ਹਰੀ ਸਿੰਘ ਨੇ ਜ਼ਬਰਦਸਤ, ਇੱਕ ਸੈਕਿੰਡ ਦੀ ਗੱਲ ਸੀ, ਉਸੇ ਟਾਈਮ ਇੰਨੀ ਫੁਰਤੀ ਨਾਲ ਸ਼ੇਰ ਦਾ ਜਵਾੜਾ ਇੰਨੀ ਚੌੜਾ ਕਰਕੇ ਗਰਦਨ ਘੁਮਾ ਦਿੱਤੀ ਕਿ ਉਹਦੀ ਗਰਦਨ ਟੁੱਟ ਗਈ ਤੇ ਉਹ ਦਹਾੜਦਾ ਹੋਇਆ ਸ਼ੇਰ ਥੱਲੇ ਡਿੱਗ ਕੇ ਮਰ ਗਿਆ। ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਇੱਕ ਇਤਿਹਾਸ ਤੇ ਇੰਡੀਆ ਦੇ ਇਤਿਹਾਸ ਵਿੱਚ ਇੱਕ ਨਲ ਬਾਦਸ਼ਾਹ ਹੋਇਆ, ਉਹ ਵੀ ਸ਼ਿਕਾਰ ਕਰਿਆ ਕਰਦਾ ਸੀ ਸ਼ੇਰ ਦਾ, ਤੂੰ ਉਹ ਇਸੇ ਕਰਕੇ ਉਹਨਾਂ ਨੇ ਫਿਰ ਨਲ ਤੋਂ ਨਲਵਾ ਇਹਦਾ ਖਿਤਾਬ ਦਿੱਤਾ। ਵੈਸੇ ਇਹਨਾਂ ਦਾ ਗੋਤ ਉੱਪਲ ਸੀ ਤੇ ਵੀ ਗੁਜਰਾਂ ਵਾਲੇ ਸਨ ਜਿੱਥੋਂ ਦੇ ਮਹਾਰਾਜਾ ਰਣਜੀਤ ਸਿੰਘ ਸਨ ਜੀ। ਮਿਹਰਬਾਨੀ ਬਹੁਤ ਹਾਂਜੀ ਤੀਰ ਸਾਹਿਬ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ, ਸਮਾਂ ਬਹੁਤ ਜ਼ਿਆਦਾ ਹੋ ਗਿਆ ਅਤੇ ਕਾਲਾਂ ਦਾ ਵੀ ਸਿਲਸਿਲਾ ਸ਼ੁਰੂ ਕਰਨਾ ਹਜੇ, ਅਤੇ ਜ਼ਰੂਰ ਬ੍ਰੇਕ ਤੋਂ ਬਾਅਦ ਆਪਾਂ ਗੱਲ ਕਰਾਂਗੇ। ਅਤੇ ਮੈਨੂੰ ਹੁਣ ਇਹ ਸਮਝ ਆਉਂਦਾ ਸਮਾਂ ਥੋੜ੍ਹਾ ਆਪਾਂ ਕਿਹੜਾ ਵਿਸ਼ਾ ਰੱਖੀਏ? ਵਿਸ਼ਾ ਮੇਰੇ ਖਿਆਲ ਆਪਾਂ ਇਹ ਰੱਖ ਲੈਂਦੇ ਹਾਂ ਛੋਟਾ ਜਿਹਾ ਕਿ ਜਿਵੇਂ ਲੇਬਰ ਡੇ ਹੈਗਾ ਕੱਲ੍ਹ ਨੂੰ ਭਾਰਤ ਦਾ, ਮਜ਼ਦੂਰ ਦਿਵਸ ਆਪਣੇ ਇੱਥੇ ਸਤੰਬਰ ਦੇ ਵਿੱਚ ਹੁੰਦਾ ਅਮਰੀਕਾ ਦੇ ਵਿੱਚ, ਮਜ਼ਦੂਰੀ ਅਸੀਂ ਉੱਧਰ ਵੀ ਕਰਦੇ ਇੱਧਰ ਵੀ ਕਰਦੇ ਹਾਂ, ਉੱਧਰਲੀ ਮਜ਼ਦੂਰੀ ਔਰ ਇੱਧਰਲੀ ਮਜ਼ਦੂਰੀ ਦਾ ਕੀ ਫਰਕ ਹੈਗਾ? ਇੰਨਾ ਛੋਟਾ ਜਿਹਾ ਆਪਾਂ ਵਿਸ਼ਾ ਰੱਖ ਕੇ ਬਾਕੀ ਰਹਿੰਦਾ ਸਮਾਂ ਜਿਹੜਾ ਗੱਲਾਂ ਮੈਂ ਤੁਹਾਡੇ ਨਾਲ ਕਰਾਂਗੇ, ਮਜ਼ਦੂਰੀ ਲੇਬਰ ਡੇ ਇੱਧਰਲੀ ਲੇਬਰ ਅਤੇ ਭਾਰਤੀ ਲੇਬਰ ਦਾ ਕੀ ਫਰਕ ਹੈਗਾ? ਦੇਖਦੇ ਰਹੋ ਜਸਟ ਪੰਜਾਬੀ। ਹਾਜ਼ਰ ਹਾਂ ਜੀ ਇੱਕ ਵਾਰ ਫਿਰ, ਅਤੇ ਪ੍ਰੋਗਰਾਮ ਦਾ ਸਿਲਸਿਲਾ ਚੱਲ ਰਿਹਾ ਜੀ, ਕਾਲਾਂ ਸਿਲਸਿਲਾ ਵੀ ਤਕਰੀਬਨ ਸ਼ੁਰੂ ਹੋ ਚੁੱਕਾ ਅਤੇ ਕਾਲਾਂ ਸਿਲਸਿਲਾ ਅੱਗੇ ਕਰਦੇ। ਮੈਨੂੰ ਹੁਣ ਫੋਨ ਜਿਹੜਾ ਇੱਕ ਮੈਸੇਜ ਆਇਆ ਕਿ ਤੁਸੀਂ ਅੱਜ ਅਪਡੇਟ ਨਹੀਂ ਕੀਤੀ ਭਾਰਤ ਦੀ ਕਰੋਨਾ ਦੀ, ਉਹ ਅਪਡੇਟ ਕਰਨ ਵਾਲਾ ਵੈਸੇ ਕੰਮ ਔਖਾ ਜਿਹਾ ਲੱਗਦਾ ਜੀ, ਅਪਡੇਟ ਕਰਕੇ ਤਾਂ ਐਂ ਡਰਾਉਣ ਵਾਲਾ ਹੀ ਕੰਮ ਹੋ ਜਾਂਦਾ। ਅਤੇ ਅੱਜ ਦੇ ਕੇਸ ਜਿਹੜੇ ਜਦੋਂ ਲਾਸਟ ਮੈਂ ਦੇਖੇ ਉਹ 4,02,000 ਕੇਸ ਜਿਹੜੇ ਅੱਜ ਦੇ ਨਵੇਂ ਆਏ ਸੀਗੇ ਅਤੇ 3,500-3,600 ਡੈਥ ਸੀਗੀਆਂ। ਅਤੇ ਉੱਥੇ ਮੇਰੀ ਗੱਲਬਾਤ ਵੀ ਜਿਨ੍ਹਾਂ ਨਾਲ ਹੁੰਦੀ ਹੈ ਸਾਰੇ ਹੀ ਕਹਿੰਦੇ ਵੀ ਬਹੁਤ ਬੁਰਾ ਹਾਲ ਹੈ, ਹਾਲਾਤ ਬਹੁਤ ਮਾੜੇ ਨੇ, ਸੋ ਧਿਆਨ ਰੱਖਣ ਦੀ ਲੋੜ ਹੈ ਜੀ। ਕੋਈ ਆਪਣੇ ਇੱਧਰੋਂ ਭੈਣ ਭਰਾ ਗਿਆ ਇੰਡੀਆ ਅਤੇ ਵਾਪਸ ਆ ਜਾਓ, ਕਿਉਂਕਿ ਅਮਰੀਕਾ ਵਾਲੇ ਹਜੇ ਤਾਂ ਨਹੀਂ ਅਨਾਊਂਸ ਕੀਤਾ, ਫਲਾਈਟਾਂ ਵਗੈਰਾ ਬੰਦ ਕਰ ਸਕਦੇ ਨੇ ਇੰਡੀਆ ਤੋਂ ਵੀ, ਅਮਰੀਕਾ ਵਾਲੇ ਵੀ। ਗੱਲਾਂ ਸ਼ੁਰੂ ਕਰਦੇ ਹਾਂ, ਜਾਣਦੇ ਤੁਹਾਡੇ ਵਿਚਾਰ ਜੀ। ਸਤਿ ਸ਼੍ਰੀ ਅਕਾਲ ਜੀ, ਮਨਜੀਤ ਸਿੰਘ ਜੀ, ਸਵਾਗਤ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਜੀ? ਹਾਂਜੀ, ਅੱਜ ਲੇਬਰ ਡੇ ਦੀ ਗੱਲ ਚੱਲ ਰਹੀ ਹੈ। ਹਾਂਜੀ ਲੇਬਰ ਡੇ ਦੀ ਗੱਲ ਚੱਲ। ਹਾਂਜੀ ਹਾਂਜੀ, ਮੈਂ ਮਜ਼ਦੂਰੀ ਦੀ ਗੱਲ ਕਰਦਾ, ਮਜ਼ਦੂਰੀ ਆਪਾਂ ਇੱਧਰ ਵੀ ਦੇਖੋ ਸਾਰੇ ਮਜ਼ਦੂਰੀ ਕਰਦੇ ਹਾਂ, ਅਤੇ ਫਰਕ ਕਿੱਥੇ ਰਹਿ ਕਿੱਥੇ ਕੁ ਫਰਕ ਹੈਗਾ ਜਿਹੜਾ ਉੱਧਰ
कुछ बनता नहीं, तो इधर बंदा मजदूरी करता होया भी एक जिहड़े शौक ने अपने चा जिहनूं असीं कह लैंदे आ, चाहे गड्डी लैण दा चा ते चाहे मोबाइल लैण दा चा चाहे उह घर लैण दा चा, सगों जिहड़ा लेबर करदा उह छेती पूरे कर लैंदा, जिहड़ा जॉब करदा उह लेट करदा, इहदे पिछे की आ? ਹਾਂਜੀ ਇੱਥੇ ਦਾਣਾ ਇੱਥੇ ਆਪਣੇ ਜੋ ਵੀ ਆ ਸੈਲਰੀ ਆ ਵੀਕ ਦੀ ਵੀਕ ਮਿਲਦੀ ਆ, ਉੱਥੇ ਆਪਣੇ ਇੰਡੀਆ ਮਹੀਨੇ ਵਾਲ ਮਿਲਦੇ ਆ, ਇੱਥੇ ਆਪਣੇ ਮਜ਼ਦੂਰੀ ਉਹ ਪੂਰੀ ਫੁੱਲ ਵੀ ਨਹੀਂ ਮਿਲਦੀ ਇੱਥੇ, ਯਾਨੀ ਕਿ ਬੰਦਾ ਆਪਣੇ ਆਪ ਨੂੰ ਸਿੱਧਾ 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 ਜੇ ਕਹੀਏ ਜੀ ਮਿਹਨਤ ਦਾ ਮੁੱਲ ਮਿਲਦਾ ਇੰਡੀਆ ਦੇ ਵਿੱਚ, ਮਿਹਨਤ ਦਾ ਮੁੱਲ ਨਹੀਂ ਮਿਲਦਾ, ਮੁੱਲ ਨਹੀਂ ਮਿਲਦਾ ਉੱਥੇ। ਹਾਂਜੀ ਲੇਬਰ ਦੀ ਗੱਲ ਕਰੀਏ, ਲੇਬਰ ਦੀ ਜੇ ਹੁਣ 300 ਰੁਪਈਆ ਵੀ ਦਿਹਾੜੀ ਹੋਊਗੀ, 250 ਤੋਂ 300 ਹੋਊਗੀ, ਤੇ ਜੇ ਉਹਨੂੰ 8-9 ਹਜ਼ਾਰ ਮਹੀਨੇ ਦਾ ਆਇਆ ਤੇ ਖਰਚਾ ਉਹਦਾ ਜੇ ਪਾ ਲਾ ਕੇ ਘੱਟੋ ਘੱਟ ਵੀ ਲਾਵਾਂਗੇ ਰੋਜ਼ ਦਾ ਦੁੱਧ ਪਾਣੀ ਦਾ ਖਰਚਾ ਵੀ ਲਾ ਕੇ, ਤੇ ਉਹ ਟੱਪ ਜਾਣਾ 10,000 ਤੋਂ ਉੱਪਰ, 11,000 ਤੋਂ ਉੱਪਰ, ਤੇ ਬਾਕੀ ਜਿਹੜਾ ਕੋਈ 300 ਦਾ ਆ ਗਿਆ, ਕੋਈ ਲੀੜਾ ਕੱਪੜਾ ਲੈਣਾ ਵੱਖਰਾ। ਹਾਂਜੀ ਤੇ ਹੁਣ ਅਮਰੀਕਾ ਜਿਆ ਸਾਡੇ ਕੋਲ ਆਮ ਲੇਬਰ ਕੰਮ ਕਰਦੀ $150 $150 ਤੋਂ ਉੱਪਰ ਹੀ ਹੁੰਦੀ ਉਹਨਾਂ ਦੀ ਸੈਲਰੀ, ਕਿ ਉਹ 50 ਖਰਚ ਉਹਦਾ $100 ਤਾਂ ਬਚਦਾ ਹੁੰਦਾ, 50 ਖਰਚਾ ਹੁੰਦਾ ਨਹੀਂ। ਹਾਂਜੀ ਹੁੰਦਾ ਨਹੀਂ, ਚਲੋ ਚੰਗੀ ਆਈ ਵਾਲੇ ਨਾਲ 100 ਤਾਂ ਬਚਦਾ, ਉੱਥੇ ਜਿਹੜੀ ਉਹ ਦਿਹਾੜੀ ਦੇ ਹਿਸਾਬ ਨਾਲ ਉਹਨਾਂ ਨੂੰ ਕੱਖ ਵੀ ਮਿਲਦਾ। ਜਿਹੜੀ ਉੱਥੇ ਲੇਬਰ ਹੈਗੀ ਹੈ ਜੀ, ਬਾਲ ਮਜ਼ਦੂਰੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ? ਉੱਥੇ ਬਹੁਤ ਜ਼ੋਰ ਕੀ ਕੋਸ਼ਿਸ਼ ਕੀਤੀ ਸਰਕਾਰਾਂ ਨੇ, ਪਰ ਅਜੇ ਵੀ ਹੈਗੀ ਆ ਉਹ ਲੱਗਦੀ ਬਹੁਤ ਜਗ੍ਹਾ। ਜੀ ਮੁੱਕਦੀ ਗੱਲ ਤਾਂ ਫਿਰ ਉਹੀ ਕਹਿੰਦੇ ਜੀ, 100 ਹੱਥ ਰੱਸਾ ਸਿਰੇ 'ਤੇ ਗੰਢ, ਅਤੇ ਉਹੀ ਆ ਵੀ ਸਿਸਟਮ ਦੀ ਉਹੀ ਘਾਟ ਆ ਉੱਥੇ, ਸਿਸਟਮ ਪਤਾ ਨਹੀਂ ਕਦੋਂ ਬਣਨਾ, ਕੀ ਹਾਲ ਹੁਣ ਉੱਥੇ ਦੇਖਿਆ ਨਹੀਂ ਜਾਂਦਾ। ਸਾਡੇ ਇੱਕ ਮਨਜੀਤ ਸਿੰਘ ਜੀ ਦੋਸਤ ਨੇ, ਸਮਾਜ ਸੇਵੀ ਹੈਗੇ ਨੇ, ਆਲਮਜੀਤ ਸਿੰਘ ਮਾਨ, ਉਹਨੇ ਨੇ ਸ਼ੁਰੂ ਕੰਮ ਜਿਹੜਾ ਸਮਾਜ ਸੇਵਾ ਦਾ ਕੀਤਾ ਸੀ, ਲਾਵਾਰਸ ਲਾਸ਼ਾਂ ਦਾ ਸੰਸਕਾਰ ਕਰਨ ਤੋਂ ਉਹਨਾਂ ਨੇ ਸਮਾਜ ਸੇਵਾ ਸ਼ੁਰੂ ਕੀਤੀ ਸੀਗੀ, ਅਤੇ ਉਹਨਾਂ ਨਾਲ ਅੱਜ ਗੱਲ ਹੋਈ ਅਤੇ ਉਹ ਕਹਿੰਦੇ ਯਾਰ ਪੁੱਛ ਨਾ, ਅਸੀਂ ਤਾਂ ਰੋ ਪਿੱਟ ਕੇ ਸਰਕਾਰਾਂ ਨੂੰ ਮਰ ਗਏ। ਉਹਨਾਂ ਨੇ ਇਹ ਵੀ ਅਨਾਊਂਸ ਕੀਤਾ, ਇਹ ਵੀ ਉਹਨਾਂ ਨੇ ਅਖਬਾਰਾਂ ਦੇ ਵਿੱਚ ਰੇਡੀਓ ਦੇ ਵਿੱਚ ਦਿੱਤਾ ਵੀ ਕਿਸੇ ਦੇ ਵੀ ਕੋਈ ਲੱਗਦੀ ਹੈ, ਕੋਈ ਪੁਲਿਸ ਵਾਲੇ ਜਿਹੜੇ ਪੱਤਰਕਾਰ ਨੇ ਕੋਈ ਵੀ ਕਿਤੇ ਲੱਗਦਾ ਸਾਨੂੰ ਦੱਸੋ, ਅਸੀਂ ਪੈਸੇ ਜਮ੍ਹਾਂ ਕਰਾਉਣੇ ਆ, ਅਤੇ ਸਾਰੀਆਂ ਜਿੱਥੇ ਵੀ ਕੋਈ ਡੈੱਡ ਬੋਡੀ ਹੈਗੀ ਅਸੀਂ ਉਹਨਾਂ ਦਾ ਸੰਸਕਾਰ ਕਰਦੇ ਹਾਂ। ਇੰਡੀਆ ਤੋਂ ਨਹੀਂ 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 ਇਹ ਹਜੇ ਕੱਚੀ ਖਬਰ ਹੈ ਜੀ, ਕੱਚੀ ਖਬਰ ਹੈ, ਉਸ ਤਰ੍ਹਾਂ ਬੈਨ ਨਹੀਂ ਅਜੇ ਇਹਨਾਂ ਨੇ ਕੀਤਾ। ਇਹ ਜਿਹੜੀ ਕਿ ਆਪਾਂ ਖਬਰ ਅੱਜ ਦੇਖ ਰਹੇ ਵੀ 4 ਜੁਲਾਈ ਤੋਂ ਇਹਨਾਂ ਨੇ ਬੈਨ ਕਰ ਦਿੱਤਾ, ਕੀਤਾ ਨਹੀਂ ਹੈ। ਇੱਕ ਤਾਂ ਇਹ ਖਬਰ ਹੈਗੀ ਹੈ ਜੇ ਥੋੜ੍ਹੀ ਜਿਹੀ ਜਿਹੜੀ ਲਾਈਨ ਚੇਂਜ ਕਰਦੇ ਲਿਖਣ ਸੁਣਨ ਵਾਲੇ, ਤਾਂ ਉਹ ਹੈਗੇ ਕਰ ਸਕਦੇ ਨੇ, ਦੂਜਾ ਉਹ ਜਿਹੜੇ ਸਿਟੀਜ਼ਨ ਨੇ ਉਹ ਸਿਟੀਜ਼ਨਾਂ ਨੂੰ ਨਹੀਂ ਹਜੇ ਬੈਨ ਕਰ ਰਹੇ, ਸਿਟੀਜ਼ਨਾਂ ਨੂੰ ਤਾਂ ਨਹੀਂ, ਸਿਟੀਜ਼ਨ ਨੂੰ ਨਹੀਂ, ਉਹ ਜਿਹੜੇ ਇੰਡੀਅਨ ਪਾਸਪੋਰਟ ਦੀ ਸਕਰੀਨ ਕਰ ਹੋਲਡਰ ਆ 4 ਮਈ ਤੋਂ ਕਰ ਰਹੇ ਆ। ਹਾਂ ਜਿਹੜੇ ਨਵੇਂ ਆਉਣ ਵਾਲੇ ਬੰਦੇ ਕੋਈ ਕਿਸੇ, ਉਹ ਸਾਰੇ ਬੰਦ ਕਰ ਦੇਣੇ ਉਹਨੇ, ਉਹ ਬੰਦ ਕਰ ਰਹੇ 4 ਮਈ ਤੋਂ ਨਹੀਂ ਹੁਣ ਹੋਣੇ। ਓਕੇ, ਉਹ ਕਹਿੰਦੇ ਜੀ ਕਰੋਨਾ ਦੇ ਟੈਸਟਾਂ ਤੇ ਜਮਾਂ ਹੀ ਵਿਸ਼ਵਾਸ ਨਹੀਂ ਕਿਸੇ ਨੂੰ ਭਾਰਤ ਵਾਲਿਆਂ ਦੇ। ਹਾਂਜੀ ਹਾਂਜੀ, ਉਹ ਇਹ ਨਹੀਂ ਅਮਰੀਕਾ ਨੇ ਕੀਤਾ, ਕਈ ਮੁਲਕਾਂ ਨੇ ਕੀਤਾ ਅੱਜ। ਹਾਂਜੀ ਹਾਂਜੀ, ਬਹੁਤ ਮੁਲਕਾਂ ਨੇ ਕੀਤਾ। ਚਲੋ ਮਿਹਰਬਾਨੀ ਜੀ ਕਾਲ ਕਰਨ ਵਾਸਤੇ ਤੁਹਾਡੀ, ਮਨਜੀਤ ਸਿੰਘ ਜੀ ਬਹੁਤ ਮਿਹਰਬਾਨੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ 9-2-5 ਜੀ। ਸਰ ਕੌਣ ਬੋਲਦੇ ਜੀ? ਹਾਂਜੀ ਗਿਆਨ ਸਿੰਘ ਬੋਲਦਾ ਟ੍ਰੇਸੀ ਤੋਂ। ਜੀ ਜੀ ਸਰ ਜੀ, ਹਾਂਜੀ 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 ਹਾਂਜੀ, ਬਹੁਤ ਬਹੁਤ ਸਵਾਗਤ ਹੈ ਜੀ। ਮਾੜਾ ਜਿਹਾ ਹੋਲਡ ਰੱਖਿਓ, ਮੈਂ ਕਾਲ ਹੋਲਡ ਕਰ ਦਿੰਦਾ ਉਨੀ ਦੇਰ। ਹਾਂਜੀ ਸਰ ਸਾਹਿਬ, ਹਾਂਜੀ ਕੀ ਕਹਿਣਾ ਚਾਹੁੰਦੇ ਜੀ? ਹਾਂਜੀ, ਅੱਜ ਜਿੱਦਾਂ ਅੱਜ ਆਪਣੇ ਸਾਰਿਆਂ ਨੂੰ ਪਤਾ ਕਿ ਬੜਾ ਮਹਾਨ ਦਿਨ ਆ ਜੀ, ਬਿਲਕੁਲ ਬਿਲਕੁਲ, ਸਰਦਾਰ ਹਰੀ ਸਿੰਘ ਮਲੂਆ ਸਾਹਿਬ ਦਾ ਜੀ, ਬਿਲਕੁਲ। ਤੇ ਇੱਕ ਵਾਰੀ ਮੌਕਾ ਮਿਲ ਗਿਆ ਜੀ ਸਾਨੂੰ 70ਵੇਂ ਦਹਾਕੇ ਚ ਅਫਗਾਨਿਸਤਾਨ ਜਾਣ। ਅੱਛਾ ਜੀ। ਅਸੀਂ 4-5 ਬੰਦੇ ਸੀਗੇ ਤੇ ਕਿਸੇ ਵਜ੍ਹਾ ਨਾਲ ਸਾਨੂੰ ਇੱਕ ਬੰਦੇ ਦੇ ਵਾਲ ਕਟਾਉਣੇ ਪੈਣੇ ਸੀ। ਪੈਣੇ ਸੀ ਜਾਂ ਪਏ? ਹਾਂ ਨਹੀਂ, ਪਏ ਜਾਂ ਪੈਣੇ ਸੀ, ਸੇਮ ਹੀ ਆ ਜੀ। ਤੇ ਜਦੋਂ ਇਹ ਵਾਲ ਕਟਾਈਏ ਨਾ, ਨਾਈ ਕਦੀ ਬਾਹਰ ਜਾਵੇ ਕਦੀ ਅੰਦਰ ਦੇਖੇ। ਅੱਛਾ ਜੀ ਜੀ। ਤੇ ਹਾਂਜੀ ਹਾਂਜੀ ਬੋਲੋ, ਤੋ ਟੀਵੀ ਵੱਲ ਨਾ ਧਿਆਨ ਦਿਓ ਜੀ, ਆਪਣੇ ਕੋਲ ਸਮਾਂ ਥੋੜਾ। ਤੂੰ ਕਦੀ ਬਾਹਰ ਦੇਖਦਾ ਕਦੀ ਅੰਦਰ ਜਾਂਦਾ ਦੀ ਵਜ੍ਹਾ ਕੀ? ਅੱਛਾ ਜੀ। ਉਹ ਕਹਿੰਦਾ ਵੀ ਉਹ ਸਾਹਮਣੇ ਜਿਹੜਾ ਕਿਲਾ ਦੇਖਦਾ ਨਾ, ਉਹ ਕਹਿੰਦਾ ਹਰੀ ਸਿੰਘ ਨਲੂਏ ਦਾ ਆ, ਤੇ ਕਹਿੰਦਾ ਇਸ ਇੱਥੇ ਅਸੀਂ ਬੱਚਿਆਂ ਨੂੰ ਇਸ ਤਰ੍ਹਾਂ ਡਰਾਈ ਦੇਣਾ ਵੀ ਜਿੱਦਾਂ, ਤੇ ਕਹਿੰਦਾ
ਇੰਡੀਆ ਚ ਤੁਸੀਂ ਕਹਿੰਦੇ ਬਿੱਲੀ ਆ ਗਈ, ਸ਼ੇਰ ਆ ਗਿਆ, ਫਲਾਨਾ ਆ ਗਿਆ, ਹਾਂਜੀ, ਇਹਨਾਂ ਸੇ ਬੱਚਿਆਂ ਨੂੰ ਇਹ ਗੱਲ ਕਹਿੰਦੀ ਹੈ ਤਾਂ ਚੁੱਪ ਚਾਪ ਨਲੂਆ, ਵੀ ਚੁੱਪ ਕਰ ਜਾ ਨਲੂਆ ਆ ਗਿਆ। ਹਾਂ ਇਹ ਵੀ ਸੁਣਿਆ ਸੀ। ਹਾਂਜੀ ਤੇ ਦੇਖੋ ਵੀ ਕਿੰਨੀ ਵੱਡੀ, ਦੇਖੋ ਹੁਣ 20-21 ਸਦੀ ਚੱਲ ਪਈ ਆ ਤਾਂ ਹਜੇ ਵੀ ਉਸ ਜਰਨੈਲ ਦਾ, ਉਸ ਸਰਦਾਰ ਦਾ, ਉਸ ਯੋਧੇ ਦਾ ਇੰਨਾ ਨਾਂ ਹੈ। ਬਿਲਕੁਲ ਜੀ, ਬਿਲਕੁਲ, ਕੋਈ ਸ਼ੱਕ ਨਹੀਂ ਇਹਦੇ ਚ। ਤੇ ਧਾਨਿਆ ਜੀ ਉਹ ਯੋਧੇ, ਧਾਨਿਆ ਉਹ ਧਰਤੀ, ਅੱਜ ਦੇਖੋ ਕਿੰਨੀ ਭਾਰੀ ਪਈ ਹੋਈ ਆ ਉੱਥੇ, ਤੇ ਮਾਮਾ ਨੂੰ ਬੱਚੇ ਨੇ ਕਿੰਨਾ ਦੇਖਿਆ ਨਹੀਂ ਜਾਂਦਾ ਜੀ, ਦੇਖਿਆ ਨਹੀਂ ਜਾਂਦਾ। ਭੈਣ ਭਰਾਇਆ ਚਾਹੇ ਕਿਸੇ ਵੀ ਸਟੇਟ ਦੇ ਹੋਣ, ਬੜੀ ਦੁੱਖ ਵਾਲੀ ਗੱਲ ਆ ਜੀ, ਮਾਤਾ ਸਾਰਿਆਂ ਤੇ ਭੱਲੀ ਕਰੇ। ਬਿਲਕੁਲ ਜੀ, ਬਿਲਕੁਲ, ਚਲੋ ਮਿਹਰਬਾਨੀ ਜੀ ਕਾਲ ਕਰਨ ਵਾਸਤੇ ਤੁਹਾਡਾ, ਧੰਨਵਾਦ ਜੀ, ਬਹੁਤ ਸਾਰਾ ਸਭ ਮਿਹਰਬਾਨੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ 905। ਸਤਿ ਸ਼੍ਰੀ ਅਕਾਲ ਭਾਈ ਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਕੈਨੇਡਾ ਤੋਂ ਬੋਲਦੇ ਹਾਂ ਭਾਈ। ਹਾਂਜੀ 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 ਹਾਂਜੀ, ਕੀ ਕਹਿਣਾ ਚਾਹੁੰਦੇ ਜੀ, ਜ਼ਰੂਰ ਆਪਣੇ ਵਿਚਾਰ ਪੇਸ਼ ਕਰੋ ਜੀ। ਜਿਹੜੀ ਹੁਣ ਇੰਡੀਆ ਦੀ ਮਜ਼ਦੂਰੀ ਆ ਭਾਈ, ਉਹ ਤਾਂ ਇੰਡੀਆ ਦੀ ਹੈ, ਜਿਹੜੀ ਆਪਣੇ ਬਾਹਰਲੀ ਆ ਉਹ ਬਾਹਰਲੀ ਹੈ ਨਾ। ਹਾਂਜੀ ਹਾਂ, ਜਿਹੜਾ ਇੰਡੀਆ ਉਹ ਆਪਣੇ ਬਾਹਰਲੇ ਹਿੱਸੇ ਨਹੀਂ ਰਿਸ ਕਰ ਸਕਦਾ ਹੈ ਨਾ ਕਿਸੇ ਪਾਸੇ ਨਹੀਂ ਜੀ। ਇਹ ਦੇਖੋ ਹੁਣ ਕੀ ਹਾਲ ਹੋਇਆ, ਤੇ ਪਹਿਲਾਂ 70-72 ਸਾਲ ਤੋਂ 73 ਸਾਲ ਤੋਂ ਵੀ ਲੋਕਾਂ ਦੀ ਜਾਨ ਬਚਾਉਣ ਵਾਸਤੇ ਸਿਲੰਡਰ ਬਲੈਕ ਹੋ ਜਾਂਦੇ ਨੇ, ਫਿਰ ਤੋਂ ਮਾੜਾ ਬੁਰਾ ਹਾਲ ਕੀ ਹੋਊ। ਬਹੁਤ ਜੀ, ਬਹੁਤ ਦੇਖਿਆ ਨਹੀਂ ਜਾਂਦਾ। ਔਰ ਜਿਹੜੇ ਸਾਡੇ ਉੱਥੇ ਕਿਸੇ ਦੋਸਤ ਮਿੱਤਰ ਨਾਲ ਗੱਲ ਹੁੰਦੀ ਹੈ, ਹਰ ਇੱਕ ਤੋਂ ਇਹੀ ਸੁਣਨ ਨੂੰ ਦੇਖਣ ਨੂੰ ਮਿਲਦਾ ਜੀ, ਆਹ ਸਾਡਾ ਰਿਸ਼ਤੇਦਾਰ ਬਿਮਾਰ ਹੈ, ਇਹ ਠੀਕ ਹੋ ਗਿਆ, ਆਹ ਚੜ੍ਹਾਈ ਕਰ ਗਿਆ, ਬਹੁਤ ਜ਼ਿਆਦਾ ਕੰਮ ਖਰਾਬ ਹੈ ਜੀ। ਆਪਣਾ ਮਾਲਕ ਬਚਾਵੇ ਭਾਈ, ਵਾਹਿਗੁਰੂ ਭਲੀ ਕਰੇ, ਵਾਹਿਗੁਰੂ ਭਲੀ ਕਰੇ ਜੀ। ਹਾਂ ਮਿਹਰਬਾਨੀ ਜੀ ਕਾਲ ਕਰਨ ਲਈ, ਬਹੁਤ 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 ਧੰਨਵਾਦ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਆਉਣੇ ਰਹੋ। ਸਰਦਾਰ ਸੁਰਿੰਦਰ ਸਿੰਘ ਜੀ। ਸਰਦਾਰ ਜਗਤਾਰ ਸਿੰਘ ਜੱਗੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਰ ਕੀ ਕਹਿਣਾ ਚਾਹੁੰਦੇ ਜੀ, ਕੀ ਵਿਚਾਰ ਨੇ, ਗੱਲਾਂ ਤੋਂ 3-4 ਰਲ ਗਈਆਂ, ਕਿਸੇ ਵੀ ਗੱਲ 'ਤੇ ਆਪਾਂ ਗੱਲ ਕਰ ਸਕਦੇ ਹਾਂ। ਗੱਲ ਹਰੀ ਸਿੰਘ ਨਲੂਏ ਦੀ ਕਰਦੇ ਹਾਂ, ਜਿੱਦਾਂ ਹੁਣ ਧੀਰ ਸਾਹਿਬ ਦੱਸ ਕੇ ਗਏ ਆ ਵੀ ਇਹਨਾਂ ਦੇ ਵਡੇਰਿਆਂ ਦੇ ਨਾਂ ਬਦਲੇ ਅੰਮ੍ਰਿਤ ਛਕਣ ਤੋਂ ਬਾਅਦ ਜੀ, ਇੱਦਾਂ ਹੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਦੇ ਨਾਂ ਪਹਿਲਾਂ ਸੁਣਨੇ ਸੀ, ਅੰਮ੍ਰਿਤ ਛਕਣ ਤੋਂ ਬਾਅਦ ਹੀ ਮਾਤਾ ਗੁਜਰ ਕੌਰ ਬਣੇ ਤੇ ਗੁਰੂ ਗੋਬਿੰਦ ਸਿੰਘ ਜੀ ਬਣੇ ਜੀ, ਉਹਨਾਂ ਦੇ ਵੀ ਇੱਦਾਂ ਨਾਂ ਉਸ ਵੇਲੇ ਬਦਲੇ ਗਏ ਜੀ, ਤੇ ਭਾਰਤੀ ਇੱਦਾਂ ਹੋਇਆ ਸੀ, ਉਹ ਬੜੇ ਤਕੜੇ ਭਲਵਾਨ ਨੂੰ ਢਾਇਆ ਸੀ ਤੇ ਉਸ ਵੇਲੇ ਉੱਠ ਕੇ ਵੀ ਮਹਾਰਾਜ ਨੇ ਕੈਂਠਾ ਗਲ 'ਚ ਪਾਇਆ ਸੀ ਜੀ, ਤੇ ਨਲੂਆ ਇਹਦੇ ਨਾਲ ਲੱਕਬ ਜਦੋਂ ਲੱਗਾ, ਇੱਕ ਵਾਰੀ ਮਹਾਰਾਜ ਜੰਗਲ 'ਚ ਜਾ ਰਿਹਾ ਸੀ ਤੇ ਸ਼ੇਰ ਨੇ ਹੱਲਾ ਕੀਤਾ ਤੇ ਇਹਨੂੰ ਫੜ ਕੇ ਨਾ ਜਵਾੜਾਂ ਤੋਂ ਤੇ ਸ਼ੇਰ ਪਾੜ ਦਿੱਤਾ। ਹਾਂਜੀ ਹਾਂਜੀ, ਧੀਰ ਸਾਹਿਬ ਨੇ ਦੱਸਿਆ। ਹਾਂਜੀ, ਰਾਜਾ ਨਲ ਹੁੰਦਾ ਸੀ, ਉਹ ਏਦਾਂ ਸ਼ੇਰ ਪਾ ਉੱਥੋਂ, ਫਿਰ ਮਹਾਰਾਜ ਕਹਿੰਦੇ ਵੀ ਤੂੰ ਤਾਂ ਰਾਜਾ ਨਲ ਲਿਆ, ਵੀ ਉੱਥੋਂ ਨਲੂਆ ਫਿਰ ਹੀ ਪੈ ਗਿਆ। ਵਾਹ ਜੀ, ਵੈਸੇ ਦੇਖੋ ਜੀ, ਮੜੇ ਹੋਰ ਰੱਖੋ, ਸਰਦਾਰ ਸਿੰਘ ਜੀ, ਸੋਰੀ ਮੈਂ ਮੜੇ ਹੋਰ ਰੱਖੋ ਕਰ ਲਾਂ ਜੀ। ਵੈਸੇ ਦੇਖੋ ਜੀ, ਉਹਨਾਂ ਦਾ ਕੱਦ ਕਾਠ ਜੁੱਸਾ ਜਿਹਦਾ ਅਸੀਂ ਆਪਾਂ ਤਾਂ ਹੁਣ ਚਲੋ ਤਸਵੀਰਾਂ ਦੇ ਵਿੱਚ ਹੀ ਦੇਖਦੇ ਹਾਂ, ਬਹੁਤ ਜ਼ਬਰਦਸਤ। ਤੇ ਸ਼ਹੀਦੀ ਇੱਦਾਂ ਹੋਈ ਸੀ ਵੀ ਜਿਸ ਵੇਲੇ ਨੀ ਕਿਲ੍ਹਾ ਜਿੱਤਿਆ ਨਾ ਜਮਰੌਤ ਦਾ, ਜਦ ਫੌਜ ਭੱਜੀ ਜਾਂਦੀ ਸੀ, ਕੁਛ ਸਿੰਘ ਉਹ ਫੌਜ ਦੇ ਮਗਰ ਲੱਗ ਤੁਰੇ ਜੀ, ਇਹ ਨਲੂਏ ਨੇ ਮੋੜੇ ਵੀ ਮੁੜਿਆ ਮੁੜਿਆ, ਉਹ ਨਹੀਂ ਮੁੜੇ, ਫਿਰ ਉਹ ਕਾਫੀ ਗਾਹਾਂ ਜਾ ਕੇ ਮੁੜੇ, ਜਨ ਉਹ ਪਹਾੜਾਂ ਦੀਆਂ ਕੰਧਰਾਂ ਆ ਗਈਆਂ ਸੀ ਮੂਹਰੇ, ਹੈ ਨਾ ਜੀ। ਤੇ ਜਦ ਮੁੜੇ ਆਉਂਦੇ ਸੀ ਤਾਂ ਫਿਰ ਕਿਸੇ ਨੇ ਪਠਾਨ ਨੇ ਕੰਧਰ ਚੋਂ ਲੁਕੇ, ਉਹਨੇ ਫਿਰ ਇਹਨਾਂ ਦੇ ਗੋਲੀਆਂ ਚਲਾਈਆਂ, 2-3 ਗੋਲੀਆਂ ਲੱਗੀਆਂ, ਫਿਰ ਇਹਨਾਂ ਦਾ ਘੋੜਾ ਲੈ ਆਇਆ ਉੱਦਾਂ, ਇਹਨਾਂ ਨੂੰ ਉੱਪਰ ਪਾ ਕੇ ਆਪਣੇ ਅੰਦਰ ਕਿਲ੍ਹੇ ਦੇ, ਪਰ ਫਿਰ ਜਾਨੂੰ ਫੌਜ ਵੀ ਪੇਧਰੋਂ ਵੀ ਪਹੁੰਚ ਗਈ ਸੀ, ਪਰ ਫਿਰ ਉੱਥੇ ਮੁੜ ਕੇ ਉੱਠ ਨਹੀਂ ਸਕੇ, ਉੱਥੇ ਫਿਰ ਇਹਨਾਂ ਦੀ ਸ਼ਹੀਦੀ ਹੋ ਗਈ, ਉੱਥੇ ਇਹਨਾਂ ਦਾ ਸੰਸਕਾਰ ਕੀਤਾ ਸੀ ਉਰੇ ਅੰਦਰੇ ਕਿਲ੍ਹੇ ਦੇ, ਪਰ ਇਹਨਾਂ ਦੀ ਮੌਤ ਨੂੰ ਬਾਹਰ ਨਹੀਂ ਸੀ ਉਨਾ ਚਿਰ ਜਾਣ ਦਿੱਤਾ ਜਿੰਨਾ ਚਿਰ ਪਿੱਛਿਓਂ ਫੌਜ ਨਹੀਂ ਸੀ ਆ ਗਈ। ਵਾਹ ਵਾਹ, ਚਲੋ ਆ ਗਈ ਸੀ ਤੇ ਉਸ ਵੇਲੇ ਫਿਰ ਇਹਨਾਂ ਕੀਤਾ, ਤੇ ਕਹਿੰਦੇ ਉਹ ਵੀ ਬੇਲਾ ਸੀ ਕਾਬਲ ਪਿਸ਼ੌਰ, ਗਜਨੀ ਧਾਕ ਪਈ ਸੀ ਵਿੱਚ ਕਸ਼ਮੀਰ ਤੇਰੀ, ਸੁਣ ਕੇ ਨਾਮ ਸੀ ਕੰਬ ਦੇ ਪਠਾਨ, ਬੱਚੇ ਈਨ ਮੰਨਦੇ ਸੀ ਯੋਧੇ ਵੀਰ ਤੇਰੀ, ਲੈ ਆਉਂਦੀ ਸੀ ਪਾਲੋ ਮੈਦਾਨ ਅੰਦਰ ਬਿਜਲੀ ਬਾਂਗ ਜਾਂ ਲਿਸ਼ਕੇ ਸ਼ਮਸ਼ੀਰ ਤੇਰੀ, ਤੈਨੂੰ ਸ਼ੇਰੇ ਪੰਜਾਬ ਦਾ ਆਖਦੇ ਸੀ, ਸ਼ਾਨ ਯੋਧਿਆ ਸੀ ਬੇਨਜ਼ੀਰ ਤੇਰੀ, ਅਟਕ ਜਿਹੇ ਦਰਿਆਵਾਂ ਨੇ ਗਾਹਣ ਦਿੱਤਾ ਸ਼ਰਨ ਆਏ ਜਰਨੈਲ ਬਲਬੀਰ ਤੇਰੀ, ਨਲਵੇ ਜਿਹੇ ਸੀ ਬਾਰ ਦੇ ਜਾਣ ਤੇ ਇੱਥੋਂ, ਨਲਵੇ ਜਿਹੇ ਸੀ ਹੁੰਦਾ ਤੂੰ ਤੇ ਚੜ੍ਹਤ ਕੁਛ ਹੋਰ ਹੁੰਦੀ ਹੁੰਦੀ, ਕਦੇ ਨਾ ਕੌਮ ਦਲਗੀਰ ਤੇਰੀ, ਓਏ ਵੇਖ ਰਣਜੀਤ ਸਿੰਘ ਰਾਂਝਣਾ ਵੇ, ਲੈ ਗਿਆ ਗੈਰ ਪੰਜਾਬ ਨੇ ਹੀਰ ਤੇਰੀ, ਆ ਕੇ ਵੇਖ ਰਣਜੀਤ ਸਿੰਘ ਰਾਂਝਣਾ ਵੇ, ਬਹੁਤ ਮਿਹਰਬਾਨੀ। ਨਾਲ ਨਾਲ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਕੋਸ਼ਿਸ਼ ਕਰਾਂਗੇ ਹੋਰ ਕਾਲ ਲੈਣ ਦੀ। ਬਾਜਵਾ ਸਾਹਿਬ ਦੀ ਕਾਲ ਵੀ ਆਈ ਹੋਈ ਹੈ ਮਿਲਵਾਕੀ ਤੋਂ, ਉਧਰੋਂ ਸ਼ਿਕਾਗੋ ਤੋਂ, ਕੋਸ਼ਿਸ਼ ਕਰਾਂਗੇ ਸਮਾਂ ਬਚਿਆ ਜ਼ਰੂਰ ਕਾਲ ਲਵਾਂਗੇ ਜੀ। ਫਿਲਹਾਲ ਦੇਖਦੇ ਰਹੋ ਜਸ ਪੰਜਾਬੀ।
ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਥੋੜ੍ਹਾ ਜਿਹਾ ਸਮਾਂ ਹੈਗਾ ਅਤੇ ਫਟਾਫਟ ਇੱਕ ਅੱਧੀ ਆਪਾਂ ਕਾਲ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਬਾਜਵਾ ਸਾਹਿਬ, ਰਿਸ਼ਪਾਲ ਬਾਜਵਾ ਜੀ, ਉਹਨਾਂ ਦੀ ਕਾਲ ਆਪਾਂ ਲੈ ਲੈਂਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ ਬਾਜਵਾ ਸਾਹਿਬ, ਸਵਾਗਤ ਹੈ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹੋਰ ਠੀਕ ਠੀਕ ਠਾਕ ਜੀ? ਹਾਂਜੀ ਬਿਲਕੁਲ ਠੀਕ ਹੈ ਜੀ। ਚਲੋ ਵਧੀਆ ਜੀ। ਹਾਂਜੀ, ਕੋਈ ਗੱਲ ਹੈ, ਅੱਜ ਤੁਸੀਂ ਸਰਦਾਰ ਹਰੀ ਸਿੰਘ ਨਲਵੇ ਦੀ ਜ਼ਿਕਰ ਕਰ ਰਹੇ ਸੀ ਜੀ। ਸ਼ੇਰੇ ਪੰਜਾਬ ਦੇ ਇੱਕ ਬਹੁਤ ਮਹਾਨ ਜਰਨੈਲ ਆਪਣੇ ਟਾਈਮ ਦੇ ਰਹੇ, ਔਰ ਅੱਜ 200 ਸਾਲ ਹੋ ਗਏ ਅਸੀਂ ਉਹਨਾਂ ਦਾ ਨਾਂ ਲੈ ਰਹੇ ਹਾਂ ਜੀ। ਔਰ ਇਹੋ ਜਿਹੇ ਇਨਸਾਨ ਤਾਂ ਫਿਰ ਦੁਨੀਆਂ 'ਚ 200 ਸਾਲ ਸਾਡੀ ਕੌਮ ਨੂੰ, ਸਾਨੂੰ ਸਿੱਖਾਂ ਨੂੰ ਬਹੁਤ ਮਾਣ ਹੋਣਾ ਚਾਹੀਦਾ ਇਹਨਾਂ ਦਾ, ਬਹੁਤ ਚੰਗਾ ਨਾਂ ਜੀ। ਬਿਲਕੁਲ ਬਿਲਕੁਲ ਹੋਣਾ ਚਾਹੀਦਾ ਉਸ ਟਾਈਪ ਸਤਿਕਾਰ ਜਿਹੜਾ ਹੈਗਾ ਮੇਰੇ ਖਿਆਲ ਸਾਡੀਆਂ ਸਰਕਾਰਾਂ ਤੋਂ ਚਲੋ ਉਮੀਦ ਨਹੀਂ ਰੱਖ ਸਕਦੇ, ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਉਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਕਰਨਾ ਚਾਹੀਦਾ ਇਹੋ ਜਿਹੇ ਯੋਧਿਆਂ ਦਾ। ਜਿਵੇਂ ਛੋਟੀ ਜਿਹੀ ਗੱਲ ਥੋੜ੍ਹੀ ਹਾਸੇ ਵਾਲੇ ਪਾਸੇ ਹੈ। ਹਾਂਜੀ ਹਾਂਜੀ ਜ਼ਰੂਰ। ਤੁਸੀਂ ਜਮਾਂ ਤਕਸੀਮ ਦਿਖਾਈ ਸੀ ਜੀ, ਇਹ ਅਰਲੀ 80s ਦੇ ਵਿੱਚ ਇੱਕ ਵਾਰੀ ਜਦੋਂ ਗੈਰੀ ਜ਼ੈਲ ਸਿੰਘ ਹਰੀ ਪ੍ਰੈਜ਼ੀਡੈਂਟ ਸੀ, ਹਾਂਜੀ, ਤੇ ਇਹ ਉਦੋਂ ਇਹ ਜੋਕ ਬਣਿਆ ਸੀ। ਅੱਛਾ ਜੀ। ਆ ਵੀ ਕੁਛ ਲੋਕ ਉਹਨਾਂ ਕੋਲ ਚੱਲੇ ਸੀ ਤੇ ਉਹਨਾਂ ਨੇ ਕਿਹਾ ਵੀ ਆਪਾਂ ਹੁਣ ਬੱਸ ਬੁਸ ਤੇ ਕਿਉਂ ਜਾਣਾ, ਆਪਾਂ ਆਪਣੀ ਕਾਰ ਲੈ ਕੇ ਚੱਲਦੇ ਹਾਂ। ਅੱਛਾ ਜੀ। ਤੋ ਅੰਬਾਲੇ ਚੋਂ ਉਹਨਾਂ ਨੇ ਉਹ ਕਾਰ ਖਰੀਦ ਲਈ, ਤੋ ਉਹਨੇ 28,000 ਲੈ ਲਿਆ। ਅੱਛਾ ਅੱਛਾ। ਸੱਤਾਂ ਜਾਣਿਆਂ ਨੇ ਉਹ ਪੈਸੇ ਵੰਡਣੇ ਸੀ। ਅੱਛਾ ਜੀ। ਬੰਦਾ ਉਹਨਾਂ ਨੂੰ ਕਹਿੰਦਾ ਵੀ ਕਿਵੇਂ ਆ, ਕਹਿੰਦਾ ਵੀ 13-13 ਦੇ ਦਿਓ। ਉਹਨੇ ਉਹਨਾਂ ਨੂੰ ਜ਼ਰਬ ਕਰਕੇ ਦਿਖਾਤੀ। ਉਹ ਜਦੋਂ ਅੱਗੇ ਗਏ ਤੇ ਇੱਕ ਦੋ ਬੰਦਿਆਂ ਨੂੰ ਥੋੜਾ ਵਹਿਮ ਸੀ, ਉਹਨਾਂ ਦਾ ਸੈਕਟਰੀ ਬਿੰਦਰਾ ਸੀ, ਉਹ ਉਹਦੇ ਕੋਲ ਚਲ ਗਏ। ਬਿੰਦਰਾ ਸਾਹਿਬ, ਆ ਸਾਡੀ ਸਮੱਸਿਆ ਸਾਲਵ ਕਰਿਓ। ਉਹਨੇ ਉਹ ਤਕਸੀਮ ਕਰਕੇ ਦਿਖਾਤੇ। ਅੱਛਾ ਅੱਛਾ। ਉਹ ਗਾਂ ਫਿਰ ਉਹ ਗਿਆਨੀ ਜ਼ੈਲ ਸਿੰਘ ਨੂੰ ਮਿਲੇ, ਕਹਿੰਦੇ ਆਓ ਬਈ ਰਾਜੀ ਬਾਜੀ ਜੇ, ਕਹਿੰਦਾ ਉਹ ਕਰਦੇ ਕਰਦੇ ਜਦੋਂ ਚਾਹ ਪਾਣੀ ਪੀ ਲਿਆ, ਕਹਿੰਦੇ ਗਿਆਨੀ ਜੀ ਇੱਕ ਮਾੜਾ ਕਿ ਸਾਡਾ ਇੱਕ ਕੇਸ ਹੈ, ਐਂ ਤਾਂ ਤੁਹਾਡੇ ਸੈਕਟਰੀ ਨੇ ਵੀ ਦੱਸਿਆ, ਪਰ ਤੁਸੀਂ ਉਹ ਗੱਲ ਠੀਕ ਕਰ ਦਿਓ। ਉਹ ਕਹਿੰਦਾ ਕਮਾਲ ਹੈ, ਮੈਂ ਕਹਿੰਦਾ ਪੂਰਾ ਪੜ੍ਹਿਆ ਲਿਖਿਆ, ਐਵੇਂ ਥੋੜ੍ਹਾ ਮੈਨੂੰ ਇੰਦਰਾ ਗਾਂਧੀ ਨੇ ਪ੍ਰੈਜ਼ੀਡੈਂਟ ਬਣਾ ਤਾ ਤੁਹਾਡੇ ਮੁਲਕ, ਬੈਠੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਨਾਲ ਜੁੜਦੇ ਨੇ, ਪਿਆਰ ਕਰਦੇ ਨੇ, ਜਸ ਪੰਜਾਬੀ ਨੂੰ ਦੇਖਦੇ ਨੇ ਪੂਰੀ ਦੁਨੀਆਂ ਦੇ ਵਿੱਚ, ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਮੈਂ ਜ਼ਰੂਰ ਫਿਰ ਕਹਿਣਾ ਚਾਹੁੰਦਾ, ਇੱਕ ਤਾਂ ਸਾਡੇ ਨਾਲ ਕੋਈ ਜੁੜਨਾ ਚਾਹੁੰਦਾ ਕਿਸੇ ਵੀ ਸ਼ਹਿਰ ਦੇ ਵਿੱਚ, ਅਮਰੀਕਾ ਜਾਂ ਕੈਨੇਡਾ ਦੇ ਵਿੱਚੋਂ ਜਸ ਪੰਜਾਬੀ ਦੇ ਨਾਲ ਜੁੜਨਾ ਚਾਹੁੰਦਾ, ਤੇ ਅਸੀਂ ਹਰ ਸ਼ਹਿਰ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋਵੋਗੇ, ਸਾਡੇ ਜਿਹੜੇ ਹੈਗੇ ਨੇ ਰੀਪ੍ਰਜੈਂਟਿਵ ਅਸੀਂ ਰੱਖ ਰਹੇ ਹਾਂ। ਤੁਹਾਨੂੰ ਵੀ ਸ਼ੌਕ ਹੋਵੇ, ਪੱਤਰਕਾਰੀ ਦਾ ਸ਼ੌਕ ਹੋਵੇ, ਕੋਈ ਲਿਖਣ ਪੜ੍ਹਨ ਦਾ ਸ਼ੌਕ ਹੋਵੇ, ਕੋਈ ਸੇਲਜ਼ ਦਾ ਤੁਹਾਡਾ ਐਕਸਪੀਰੀਅੰਸ ਹੋਵੇ, ਤਾਂ ਜ਼ਰੂਰ ਸੰਪਰਕ ਕਰ ਸਕਦੇ ਹੋ। ਸਾਨੂੰ ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਫੇਸਬੁੱਕ, ਟਵਿੱਟਰ ਤੋਂ ਇਲਾਵਾ ਵਟਸਐਪ ਨੰਬਰ ਹੈ, ਮੇਰਾ ਸੈੱਲ ਨੰਬਰ ਵੀ ਹੈਗਾ 209-450-3320, ਕਿਤੇ ਵੀ ਸੰਪਰਕ ਕਰ ਸਕਦੇ ਹੋ। ਨਾਲ ਦੀ ਨਾਲ ਕੋਈ ਈਵੈਂਟਸ ਵਗੈਰਾ ਹੁਣ ਕਾਫੀ ਸ਼ੁਰੂ ਹੋ ਗਏ ਨੇ ਅਮਰੀਕਾ ਦੇ ਵਿੱਚ, ਧਾਰਮਿਕ, ਸਮਾਜਿਕ ਅਤੇ ਹੋਰ ਵੀ, ਅਤੇ ਤੁਸੀਂ ਕੋਈ ਈਵੈਂਟ ਤੁਹਾਡੇ ਕੋਲ ਹੈਗੀ ਆ, ਲਾਈਵ ਕਰਾਉਣੀ ਚਾਹੁੰਦੇ ਹੋ, ਦੱਸਣੀ ਚਾਹੁੰਦੇ ਹੋ, ਜਾਂ ਵੈਸੇ ਖਬਰਾਂ ਦੇ ਵਿੱਚ ਦਿਖਾਉਣੀ ਚਾਹੁੰਦੇ ਹੋ, ਤਾਂ ਜ਼ਰੂਰ ਸੰਪਰਕ ਕਰੋ 209-450-3320। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।